ਕੇ ਕੋਰ ਕੋਰ ਕਹਿੰਦੇ ਵੀ ਜ਼ਿਲ੍ਹਾ ਫਿਰੋਜ਼ਪੁਰ ਨੂੰ ਮਾਣ ਹੈ ਕਿ ਸਭ ਤੋਂ ਵੱਧ ਮੈਚ ਜਿੱਤਣ ਵਾਲੀ ਟੀਮ ਹੈ ਪਿੰਡ ਕੋਟ ਕੋਟ ਦੀ। ਖਿਡਾਰੀ ਵੀਰਾਂ ਨੂੰ ਬੇਨਤੀ ਆ ਕਿ ਵੈਲੋ ਹੀ ਨਾ ਹਲੋ ਸਲਿਆਣੀ ਦੇ ਮੁੰਡਿਆਂ ਦੇ ਵੇ ਹਲੋ ਸਲਿਆਣੀ ਦੀ ਟੀਮ ਤੇ ਇਤਰਾਜ਼ ਆ, ਗੇਟ ਕਰਾ ਦੇਣ ਸਲਿਆਣੀ ਦੀ ਟੀਮ ਆ ਕੇ, ਸਲਿਆਣੀ ਦੀ ਟੀਮ ਗਰਾਊਂਡ ਚ ਆ ਗਏ। ਅੱਜ ਕਹਿੰਦੇ ਵੀ ਵਿਸ਼ੇਸ਼ ਮਾਣ ਸਨਮਾਨ ਵੀ ਹੋਣੇ ਨੇ ਪਿੰਡਾ ਗੋਲ ਗੋਲ ਕਬੱਡੀ ਦਾ ਮਹਾਨ ਖਿਡਾਰੀ ਮਰਤਿਆਲ ਮਿੱਟੀ ਕਬੱਡੀ ਖਿਡਾਰੀ, ਉਹਦਾ ਵੀ ਵਿਸ਼ੇਸ਼ ਮਾਣ ਸਨਮਾਨ ਸੋਨੀ ਗੋਲ ਗੋਲ ਹਰਮਨ ਕਪੂਰੇ ਲੱਖਾ ਮੇਹਰ ਸਿੰਘ ਵਾਲਾ ਬੱਬੂ ਗੋਲੇ ਵਾਲੀਆ ਰੈਫਰੀ ਦੇਵ ਦਿਆਲਪੁਰੀਆ, ਉਹਦਾ ਵੀ ਵਿਸ਼ੇਸ਼ ਮਾਣ ਸਨਮਾਨ ਅੱਜ ਹੋਣਾ ਹੈ। ਸਾਡੇ ਇਸ ਟੂਰਨਾਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ। ਕਬੱਡੀ ਕਬੱਡੀ ਕਰਦਾ ਹੋਇਆ ਕਿ ਰੋੜਾ ਤੋਂ ਯਾਰੋ ਅੱਜ ਸਿਖਰਾਂ ਤੇ ਚਾੜਤੀ ਕਿ ਪ੍ਰਵਾਸੀ ਵੀ
ਨਾਈਜੀਰੀਆ ਦੀ ਟੀਮ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਨੌਜਵਾਨਾਂ ਪਾਕ ਬੜੀ ਲੋ ਸਾਹਮਣੇ ਗੌਰੇ ਤੇ ਤਵੀਤ ਬੰਨੇ ਹੋਏ ਨੇ ਕਿ ਮੇਰਾ ਬਾਬੇ ਦੇ ਤਵੀਤਾਂ ਤੇ ਨਾ ਰਹੀ ਮੈਂ ਥੋੜੀ ਬਹੁਤੀ ਹਿੰਮਤ ਕਰੀ, ਮੇਰਾ ਬਾਬੇ ਦੇ ਤਵੀਤਾਂ ਤੇ ਨਾ ਰਹੀ। ਬਸ ਸਾਹਮਣੇ ਕੋਰੇ ਵਾਲੀ ਅਗਬਰੀ ਗਲੀ ਦੇ ਵੀਰੂ ਮੇਹਰ ਸਿੰਘ ਵਾਲੇ ਪਿੰਡ ਦਾ ਇੱਕ ਗਲੀ ਦੇ ਪੰਜਾਬ ਸਿੰਘ ਹੈ, ਸਿੱਖ ਸਰਦਾਰ ਗੱਭਰੂ। ਬਸ ਸਾਹਮਣੇ ਰੈਫਰੀ ਦਾ ਫੈਸਲਾ ਉਟਾਲਾ ਹੈ, ਡਬਲ ਟੱਚ ਤੇ ਮੋੜ ਇਸ ਸਮੇਂ ਕੋਰੇ ਵਾਲੀ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਹੈ। ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗਰਾਊਂਡ ਵਿੱਚ ਆਉਣ।
ਨੌਜਵਾਨਾਂ ਬਾਗਵਾਨੀ ਲਓ ਸਾਹਮਣੇ ਇਸ ਸਮੇਂ ਕੋਰੇ ਵਾਲੀਆ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਬਾ ਪਿੰਡਰੇ ਤੇ ਬਾਜਾ ਖਾਨੇ ਦੀਆਂ ਟੀਮਾਂ ਨੂੰ ਬੇਨਤੀ ਅੱਗੇ ਜਲਦੀ ਤੋਂ ਜਲਦੀ ਕਰਾਉਣ ਆਉਣ ਪਿੰਡਰੇ ਤੇ ਬਾਜਾ ਖਾਨਾ ਦੂਰੀਆਂ ਵਾਲਾ ਤੇ ਕਲਿਆਲ ਬਾਬਾ ਲਾਡੀ ਸ਼ਾਹ ਕਲੱਬ ਧੂੜਕੋਟ ਤੇ ਚੂੜ ਚੱਕੜੇ ਖੇਡਣਾ ਹੈ ਟੀਮਾਂ ਵੀ ਜਲਦੀ ਤੋਂ ਜਲਦੀ ਗਰਾਉਂਡ ਵਿੱਚ ਆਉਣ ਚੱਲ ਵੀ ਨੌਜਵਾਨਾਂ ਬਾਗ ਕਬੱਡੀ ਦੇ ਸਾਹਮਣੇ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਕਿ ਅਸੀਂ ਪੁੱਤ ਬਰਾੜਾਂ ਦਾ ਜਿਹਦਾ ਪਿੰਡ ਸੀ ਬਾਜਾ ਖਾਨਾ ਅੱਖੀਆਂ ਤੋਂ ਦੂਰ ਗਿਆ ਕਿ ਬੰਨ ਕੇ ਲਾੜੀ ਮੌਤ ਦਾ ਗਾਨਾ ਉਹਦੇ ਇੱਕ ਇੱਕ ਲਖਰੇ ਤੇ ਜੱਟ ਲੁੱਡੀਆਂ ਪਾਉਂਦਾ ਸੀ ਕਿ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾਂ ਪਾਉਂਦਾ ਸੀ ਕਿ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾਂ ਪਾਉਂਦਾ ਸੀ ਤੇ ਪੁਆਇੰਟ ਇਸ ਸਮੇਂ ਚੀਰੇ ਦੀ ਟੀਮ ਦੇ ਖਾਤੇ ਵੀ ਜੋੜਦਾ ਹੋਇਆ ਚੱਲ ਵੀ ਨੌਜਵਾਨਾਂ ਬਾਗ ਕਬੱਡੀ ਲਓ ਸਾਹਮਣੇ ਇਸ ਸਮੇਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਗੱਭਰੂ ਦਾ ਬੋਲਿਆ ਹੋਇਆ ਤਾਬਾ ਕਿ ਜਿਹੜੀ ਮਹਿੰਦੀ ਰੰਗ ਨਾ ਦੇਵੇ ਤੇ ਕੀ ਫਿਰ ਉਸਦਾ ਲਾਣਾ ਕਿ ਜਿੱਥੇ ਗਿਆਨ ਦੀ ਕਦਰ ਨਾ ਉੱਥੇ ਕਾਹਦਾ ਹੁੰਦਾ ਜਾਣਾ ਕਿ ਤੰਦਰੁਸਤੀਆਂ ਰੱਖੇ ਮਾਲਕ ਕਿ ਕੁਝ ਨੀ ਪੈਸੇ ਧੇਲੇ ਕਿ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਕਿ ਮਰਦਾਂ ਉੱਤੇ ਆਉਂਦੇ ਰਹਿੰਦੇ ਔਖੇ ਸੌਖੇ ਵੇਲੇ ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਚੱਲ ਵੀ ਨੌਜਵਾਨਾਂ ਬਾਗਪੁਰੀ ਦੇ ਸਾਹਮਣੇ ਗੁਰਦਾਸ ਇਸ ਸਮੇਂ ਗੋਰੀ ਤਾਉਣ ਦੇ ਦੁਆਲੇ ਕਾਲੀ ਗਾਂਧੀ ਫੱਬਦੀ ਕਿ ਮਾਣ ਜਵਾਨਾਂ ਤੂੰ ਜਵਾਨੀ ਚੱਜਦੀ ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਬਾ ਦੇਖੋ ਕੀ ਬਣਦਾ ਕੀ ਜੁੜਦਾ ਰਹਿੰਦਾ ਗੇਮਰ ਦਾ ਲੋ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਦੇਖੋ ਕੀ ਬਣਦਾ ਸਮੇਂ ਦੀਆਂ ਕੜੀਆਂ ਵੀ ਟਿਕ ਟਿਕ ਕਰਦੀਆਂ ਨੇ ਲੋ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਤੇ ਪੁਆਇੰਟ ਇਸ ਸਮੇਂ ਜੀਰੇ ਦੀ ਟੀਮ ਦੇ ਖਾਤੇ ਵੀ ਜੋੜਦਾ ਹੋਇਆ ਪਿੰਡਰੇ ਤੇ ਬਾਜਾ ਖਾਨਾ ਦੀਆਂ ਟੀਮਾਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗਰਾਉਂਡ ਵਿੱਚ ਆਉਣ ਪਿੰਡਰੇ ਤੇ ਬਾਜਾ ਖਾਨਾ ਗੁੰਜਾਲਾ ਤੇ ਕੰਡਿਆਲ ਚੱਕ ਗਿਲਜੇਵਾਲਾ ਤੇ ਕਲਕਲਾ ਲਾਬਾ ਲਾਡੀ ਸ਼ਾਹ ਕਲੱਬ ਧੂੜਕੋਟ ਤੇ ਚੂੜ ਚੱਕ ਦੀਆਂ ਟੀਮਾਂ ਵੀ ਜਲਦੀ ਤੋਂ ਜਲਦੀ ਗਰਾਉਂਡ ਵਿੱਚ ਆਉਣ ਲਓ ਸਾਹਮਣੇ ਪੰਜਾਬ ਸਿੰਘ ਇਸ ਸਮੇਂ ਘੇਰਨ ਦੀ ਕੋਸ਼ਿਸ਼ ਕਰਦਾ ਹੋਇਆ ਲਓ ਸਾਹਮਣੇ ਮਾਝੇ ਵੀ ਕਬੱਡੀ ਖੇਡੀ ਹੈ ਤੇ ਪੁਆਇੰਟ ਇਸ ਸਮੇਂ ਕੋਰੇ ਵਾਲੀ ਦੀ ਟੀਮ ਦੇ ਖਾਤੇ ਵੀ ਜੋੜਦਾ ਹੋਇਆ ਚੱਲ ਵੀ ਨੌਜਵਾਨਾਂ ਪਾਕ ਕਬੱਡੀ ਲਓ ਸਾਹਮਣੇ ਇਸ ਸਮੇਂ ਚੀਰੇ ਵੱਲੋਂ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਲਓ ਸਾਹਮਣੇ ਗੱਭਰੂ ਦਾ ਬੋਲਿਆ ਹੋਇਆ ਤਾਬਾ ਦੋ ਜਾਤੀ ਕੋਰੇ ਵਾਲੇ ਪਿੰਡ ਦੇ ਨੇ ਦੇਖੋ ਕੀ ਬਣਦਾ ਕੀ ਜੁੜਦਾ ਲਓ ਸਾਹਮਣੇ ਸਮੇਂ ਦੀਆਂ ਬਾਤਾਂ ਹੋਣਗੀਆਂ ਕਿ ਬਾਬਾ ਦੀ ਜਵਾਨੀ ਹੈ ਕਿ ਤੇਰਾ ਕੋਈ ਜਵਾਬ ਨਹੀਂ ਲਓ ਸਾਹਮਣੇ ਜਵਾਨੀ ਇਸ ਸਮੇਂ ਮੇਲ ਦੀ ਫਿਰਦੀ ਹੈ ਲਓ ਸਾਹਮਣੇ ਇਸ ਸਮੇਂ ਗੱਭਰੂ ਕਿ ਮੈਂ ਕਾਲਾ ਮੇਰਾ ਯਾਰ ਵੀ ਕਾਲਾ ਅਸੀਂ ਕਾਲੇ ਲੋਕ ਸਹਿੰਦੇ ਕਿ ਕੁੱਲੂ ਬਹਾਰ ਦਾ ਸੁਰਮਾ ਵੀ ਕਾਲਾ ਲੋਕੀ ਵਿੱਚ ਅੱਖੀਆਂ ਪਨੀਂਦੇ ਕਿ ਕੁਰਾਨ ਸ਼ਰੀਫ ਦੇ ਅਰਫ ਵੀ ਕਾਲੇ ਤੇ ਵਿੱਚ ਮਸੀਤ ਫੜੀਂਦੇ ਕਿ ਬੁੱਲੇ ਸ਼ਾਹ ਦਾ ਗੋਰਾ ਦਾ ਕੀ ਚੱਟਣਾ ਹੈ ਕਿ ਜਿਹੜੇ ਗਲੀਆਂ ਗਲੀਆਂ ਫਿਰਨ ਬਕੀਂਦੇ ਕਿ ਜਿਹੜੇ ਗਲੀਆਂ ਗਲੀਆਂ ਫਿਰਨ ਬਕੀਂਦੇ ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਹੈਲੋ ਹੈਲੋ ਰੇਡ ਵਾਲੀ ਕਮੇਟੀ ਨੂੰ ਬੇਨਤੀ ਆ ਕਿ ਇਸ ਲਿਹਾਣੀ ਦੇ ਇਤਰਾਜ ਲੱਗਾ ਸੀ ਉਹਨਾਂ ਦਾ ਵੇਟ ਕਰੋ ਉਹਨਾਂ ਦੀ ਇਤਰਾਜ ਫੀਸ ਪਹੁੰਚ ਚੁੱਕੀ ਆ ਚੱਲ ਵੀ ਨੌਜਵਾਨਾਂ ਬਾਗ ਬੱਡੀ ਲਓ ਸਾਹਮਣੇ ਇਸ ਸਮੇਂ ਪੁਆਇੰਟ ਕੋਰੇ ਵਾਲੀ ਦੀ ਟੀਮ ਦੇ ਖਾਤੇ ਵਿੱਚ ਅਸ਼ੋਕ ਜੈਤੋ ਬਣਦਾ ਜਿਹਨੇ ਜਵਾਨੀ ਦੇ ਪੈਰ ਦੇ ਵਿੱਚ ਵੀ ਕਬੱਡੀ ਖੇਡੀ ਚੱਲ ਵੀ ਗੁਰਦਾਸ ਬਾਗ ਕਬੱਡੀ ਲਓ ਸਾਹਮਣੇ ਲਓ ਸਾਹਮਣੇ ਗੁਰਦਾਸ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਦੋ ਜਾਤੀ ਕੋਰੇ ਵਾਲੇ ਪਿੰਡ ਦੇ ਲਓ ਸਾਹਮਣੇ ਇਸ ਸਮੇਂ ਗੱਭਰੂ ਦਾ ਬੋਲਿਆ ਹੋਇਆ ਤਾਬਾ ਲਓ ਸਾਹਮਣੇ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਕਿ ਕੌਡੀ ਖੇਡੀ ਤੇ ਖੇਡਦੇ ਬੜੇ ਵੇਖੇ ਕਿ ਕੌਡੀ ਖੇਡੀ ਨਾ ਕਿਸੇ ਹਰਜੀਤ ਵਰਗੀ ਚਾਰੇ ਪਾਸੇ ਸੀ ਸ਼ੇਰ ਦੀ ਧੁੰਮ ਯਾਰੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਵਰਗੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਵਰਗੀ ਲਓ ਸਾਹਮਣੇ ਚੱਲਦਾ ਹੋਇਆ ਮੁਕਾਬਲਾ ਅਗਲੀਆਂ ਟੀਮਾਂ ਪਿੰਡਰੇ ਤੇ ਬਾਜਾ ਖਾਨਾ ਗੁੰਜਾਲਾ ਤੇ ਕੰਡਿਆਲ ਚੱਕ ਗਿਲਜੇਵਾਲਾ ਤੇ ਕਲਕਲਾ ਨੇ ਖੇਡਣਾ ਹੈ ਬਾਬਾ ਲਾਡੀ ਸ਼ਾਹ ਕਲੱਬ ਧੂੜਕੋਟ ਤੇ ਚੂੜ ਚੱਕ ਇਹ
ਗਰਾਊਂਡ ਵਿੱਚ ਆਉਣ। ਕਿਸੇ ਵੀ ਟੀਮ ਦਾ ਕੋਈ ਵੀ ਮੈਚ ਅੱਗੇ ਪਿੱਛੇ ਨਹੀਂ ਕੀਤੇ ਜਾਵੇਗਾ, ਇਹ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ। ਚੂੜ ਚੱਕ ਪਿੰਡਰੇ ਤੇ ਬਾਜਾ ਖਾਨਾ
ਜਿੰਨਾ ਦੀ ਜੋਤੀ ਪਾਣੀ ਦੇ ਲੱਗੀ ਗਰਾਉਂਡ ਵਿੱਚ ਪਾਣੀ ਲੈ ਕੇ ਜਾਣ ਦੇ ਲੱਗੇ ਜਿੰਨਾ ਦੀ ਜੋਤੀ ਪਾਣੀ ਦੇ ਲੱਗੀ ਉਹ ਗਰਾਉਂਡ ਵਿੱਚ ਪਾਣੀ ਲੈ ਜਾਓ ਉਹ ਪਾਣੀ ਆਉਂਦਾ ਚੂੜ ਜਾਤੀ ਟੀਮ ਗਰਾਉਂਡ ਵਿੱਚ ਪਹੁੰਚ ਚੁੱਕੀ ਹੈ। ਰਹਿੰਦੇ ਖਿਡਾਰੀਆਂ ਨੂੰ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਗਰਾਉਂਡ ਵਿੱਚ ਆਉਣ। ਚੂੜ ਚੱਕ ਹੈ ਮਾਲਕ ਜੀ ਕਿਸਰਾ ਚੂੜ ਚੱਕ ਦਾ ਕਿਹੜਾ ਪਲੇਅਰ ਸੀ ਗਰਾਉਂਡ 'ਚ ਚਲੋ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਦੇ ਰੂਲ ਵੀ ਬੜੇ ਸਾਰੇ ਤੁਹਾਨੂੰ ਪਤਾ ਵੀ ਬਹੁਤ ਸਾਰੇ ਕਿਵੇਂ ਕਰਦੇ ਹੁੰਦੇ ਆ। ਜਦੋਂ ਮੈਂ ਪਹਿਲਾਂ ਅਨਾਊਂਸ ਕਰ ਚੁੱਕਿਆ ਮੈਚ ਸ਼ੁਰੂ ਹੋਣ ਤੋਂ ਜਿਹੜੀ ਟੀਮ ਪਹਿਲਾਂ ਆਊਗੀ ਉਹਦੀ ਰੇਡ ਉਹਦੇ ਦੁਬਾਰਾ ਹਰ ਕੋਈ ਟਾਈਮ ਤੋਂ ਲਾਇਆ ਹੋਊ ਸਾਰੇ ਖਿਡਾਰੀ ਖਿਡਾਰੀ ਵੀ ਹੁਣ ਕਿਸੇ ਨੂੰ ਵੀ ਦੁਬਾਰਾ ਬਾਜ਼ ਨਹੀਂ ਦਿੱਤੀ ਜਾਂਦੀ ਵਿਰੋਧ ਕਰ ਲੈਣ ਅਸੀਂ ਟੀਮਾਂ ਬਾਜ਼ੀ ਪਾਸ ਕਰਾਂਗੇ ਜਿੰਨਾ ਚਿਰ ਪੂਰੀ ਟੀਮ ਨਾ ਆਉਂਦੀ ਗਰਾਉਂਡ ਦੇ ਵਿੱਚ ਸਾਰੇ ਬਾਅਦ ਬਣੇ ਬੈਠੋ
ਚੱਲ ਵੀ ਰਾਜਾ ਦਾ ਪਾਲ ਕਬੱਡੀ ਉਹ ਸਾਹਮਣੇ ਪਾਕਿਸਤਾਨ ਦਾ ਪੁੱਤ ਹੈ ਜਾਂ ਸਾਹਮਣੇ ਤਲਵੀਰ ਦਾ ਆਸਣ ਚੂਹ ਚੱਕਦੀ ਧਰਤੀ ਦਾ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਤੀ ਧੂੜ ਤੋੜ ਪੜਦੇ ਨੇ ਕਿ ਧੂੜ ਤੋੜੀਆਂ ਲੱਗਿਆ ਭਾਬੀ ਤੇਰੇ ਪੁੱਤ ਪਟਵਾਰੀ ਕਿ ਵੀਰ ਤੇਰੇ ਦੀ ਸਾਰੀ ਉਹਨੇ ਗੱਲ ਸਮਝਾਤੀ ਸਾਰੀ ਜਾਂ ਸਾਹਮਣੇ ਧੂੜ ਤੋੜੀਆਂ ਕਰਨ ਨੂੰ ਅਸਰ ਨੇ ਚੂਹ ਚੱਕ ਵਾਲੇ ਪੰਜ ਦੀ ਡਾਂ ਤੇ ਹਿੱਕ ਤੇ ਬਹਿਣ ਦੀਆਂ ਗੱਲਾਂ ਹੈ ਤੇ ਬਹੁਤ ਅਸਰ ਨੇ ਧੂੜ ਤੋੜ ਦੀ ਟੀਮ ਦੇ ਖਾਤੇ ਵੀ ਜੋੜਦਾ ਹੋਇਆ ਚੱਲ ਵੀ ਰਾਜਾ ਦਾ ਪਾਲ ਕਬੱਡੀ ਦਾ ਸਾਹਮਣੇ ਅਸਰ ਨੇ ਧੂੜ ਤੋੜੀਆਂ ਕਰਨ ਨੂੰ ਕਬੱਡੀ ਕਬੱਡੀ ਕਰਦਾ ਹੋਇਆ ਥੱਲੇ ਥਾਲ ਪੰਜ ਗੁੜ ਪੀਤੇ ਝੂਠ ਸੁਤਨੀ ਤੇ ਜਲਾਲਾਬਾਦ ਬੰਦਾ ਸੋਹਣਾ ਹੈ ਸੁੱਖਾ ਤੇ ਸੋਨੀ ਤੇ ਇਸ ਸਮੇਂ ਫੰਜੀ ਹੈ ਮੈਂ ਸਮੇਂ ਜਲਾਲਾਬਾਦ ਦਾ ਕੀ ਸੋਹਣਾ ਤੇ ਬਹੁਤ ਇਸ ਸਮੇਂ ਧੂੜ ਤੋੜ ਦੀ ਕਿ ਡਬਲ ਕਰਦਾ ਰਹਾ ਤੇ ਬਹੁਤ ਇਸ ਸਮੇਂ ਧੂੜ ਤੋੜ ਦੀ ਟੀਮ ਦੇ ਖਾਤ ਵੀ ਜੋੜਦਾ ਹੋਇਆ ਚੱਲ ਵੀ ਰਾਜਾ ਦਾ ਪਾਲ ਕਬੱਡੀ ਦਾ ਸਾਹਮਣੇ ਇਸ ਸਮੇਂ ਕਬੜੀ ਕਬੱਡੀ ਪਾਉਣ ਦੇ ਲਈ ਬਿਲਕੁਲ ਅੱਗੇ ਵਧਦਾ ਹੋਇਆ ਕਿ ਜੱਦੀ ਪਿੰਡ ਖਤਰਨਾ ਇਸ ਖਿਡਾਰੀ ਆ ਮੈਂ ਸਮੇਂ ਆ ਸਮੇਂ ਗੱਬਰੂ ਦਾ ਬੋਲਿਆ ਹੋਇਆ ਦਾਵਾ ਕਿ ਖੇਡ ਕਬੱਡੀ ਫੁਰਤੀ ਦੀ ਕੰਪਨੀਆਂ ਝੋਟੇ ਦਾ ਕਿ ਸੀਆਰੇ ਦੀ ਕੁਸ਼ਤੀ ਪੱਤਾ ਸਾਰੇ ਰੋਟੇ ਦਾ ਕਿ ਤੰਦਰੁਸਤੀ ਦਾ ਮੇਲਾ ਮੇਲਾ ਨਹੀਂ ਬਹਾਰਾਂ ਦਾ ਕਿ ਮੇਲਣ ਮਰ ਕੇ ਵੇਖ ਮੇਲਣੇ ਮੇਲਾ ਯਾਰਾਂ ਦਾ ਕਿ ਮੇਲਣ ਮਰ ਕੇ ਵੇਖ ਮੇਲਣੇ ਮੇਲਾ ਯਾਰਾਂ ਦਾ ਮੈਂ ਸਮੇਂ ਫੜਿਆ ਹੋਇਆ ਗਿੱਟਾ ਮੈਂ ਸਮੇਂ ਆ ਸਮੇਂ ਝਾਂਜਾਂ ਵਾਲੇ ਗਿੱਟੇ ਨੂੰ ਕੈਦ ਕੀਤਾ ਹੋਇਆ ਸਮੇਂ ਦੀਆਂ ਗੱਡੀਆਂ ਵੀ ਟਿੱਕ ਟਿੱਕ ਕਰਦੇ ਨੇ ਮੈਂ ਬਿੱਲਾ ਵਾਲਿਆ ਸਮੇਂ ਦੱਸੇਗਾ ਕਿ ਪੁਆਇੰਟ ਕਿਸ ਟੀਮ ਦੇ ਖਾਤੇ ਨੂੰ ਮਿਲੇਗਾ ਤੇ ਪੁਆਇੰਟ ਸਮੇਂ ਧੂੜ ਦੀ ਟੀਮ ਦੇ ਖਾਤੇ ਨੂੰ ਮਿਲਦਾ ਹੋਇਆ ਚੱਲ ਵੀ ਨਾਲ ਦਾ ਬਾਗ ਵੱਡੀ ਪਿੰਡਰੇ ਤੇ ਬਾਜਾ ਖਾਨ ਦੀਆਂ ਟੀਮਾਂ ਜਲਦੀ ਤੋਂ ਜਲਦੀ ਗਰਾਊਂਡ ਨੂੰ ਚਾਹ ਪਿੰਡਰੇ ਤੇ ਬਾਜਾ ਖਾਨਾ ਚੱਲ ਵੀ ਨਾਲ ਦਾ ਬਾਗ ਵੱਡੀ ਦਾ ਸਮੇਂ ਇਸ ਸਮੇਂ ਕਿ ਟੀਮਾਂ ਲੰਘਿਆ ਟੀਮਾਂ ਸਾਲ ਚੜਿਆ ਕਿ ਕੱਟ ਕਾਟ ਹੈ ਬੁੱਢੇ ਨੇ ਕਮਾਰ ਕਰਿਆ ਕਿ ਚੜ ਗਈ ਹੈ ਜਵਾਨੀ ਅਥਰੀ ਦੀ ਜੱਟ ਤੇ ਕਿ ਪੰਡਾ ਹੈ ਕਬੱਡੀ ਥਾਪੀ ਮਾਰ ਮੋਟੇ ਪੰਡੇ ਮੈਂ ਸੋਹਣਾ ਜਲਾਲਾਬਾਦ ਦੀ ਧਰਤੀ ਦਾ ਸਮੇਂ ਖੇਡ ਦੀ ਕੋਸ਼ਿਸ਼ ਕਰਦਾ ਹੋਇਆ ਕਿ ਪਿੰਡੇ ਨੇ ਸਾਲ ਵੇਖੇ ਸਾਰਾ ਜੱਗ ਬਈ ਕਿ ਮਾਰ ਮਾਰ ਧੌੜਾ ਕੱਢਣੀ ਕਿ ਹੱਥ ਬਈ ਕਿ ਕੌਣ ਕਿਵੇਂ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਪਈ ਕਿ ਕੌਣ ਕਿਵੇਂ ਪਾਣੀ ਵਿੱਚ ਅੱਜ ਪਤਾ ਜਾਣਾ ਲੱਗ ਪਈ ਫਿਰ ਕੌਣ ਇਸ ਸਮੇਂ ਕੂੜ ਚੱਕ ਦੀ ਟੀਮ ਦੇ ਖਾਤੇ ਨੂੰ ਜੋੜਦਾ ਹੋਇਆ ਸਲਾਮੀ ਦੇ ਖਿਡਾਰੀਆਂ ਨੂੰ ਬੇਨਤੀ ਹੈ ਜਿਹੜੇ ਖਿਡਾਰੀ ਦਾ ਬਦਲ ਹੋਣਾ ਰਹਿੰਦਾ ਹੈ ਉਹਨੂੰ ਹੱਥ ਜੋੜ ਕੇ ਬੇਨਤੀ ਸਾਡੇ ਟੂਰਨਾਮੈਂਟ ਕਮੇਟੀ ਵੱਲੋਂ ਕਿ ਜਲਦੀ ਤੋਂ ਜਲਦੀ ਪਿੰਡ ਤੇ ਆ ਜਾਏ ਨਹੀਂ ਅਸੀਂ ਟੀਮ ਕੱਟਣ ਲੱਗੇ ਹਾਂ ਉਹਨਾਂ ਸਾਹਮਣੇ ਪੰਜ ਸਾਲ ਦਾ ਪੁੱਤ ਆਪਾਂ ਉਹਨਾਂ ਨੂੰ ਬਹੁਤ ਮਾਨ ਕਰ ਚੁੱਕੇ ਹਾਂ ਉਹਨਾਂ ਨੂੰ ਦਸ ਦਿਨ ਦੇ ਦੇ ਦਸਾਂ ਮਿੰਟ ਆ ਗਿਆ ਕਿ ਦੂਜੀ ਟੀਮ ਦੇ ਚੁੱਕੇ ਹੈ ਠੀਕ ਹੈ ਜੀ ਉਹ ਸਾਹਮਣੇ ਖੜੇ ਉਹਨਾਂ ਨੂੰ ਫੋਨਾਂ ਜੀ ਬਿਲਕੁਲ ਨਹੀਂ ਉਹਨਾਂ ਨਾਮ ਕਰਨਾ ਉਹਨਾਂ ਦੀ ਜੋਗੀ ਦਾ ਭਰਾ ਵਜਨ ਕਰਾਉਣਾ ਜੀ ਚੱਲੀ ਹੈ ਕੱਲ ਵੀ ਆਜਾ ਪਾਲ ਕਬੱਡੀ ਦਾ ਸਾਹਮਣੇ ਸਮੇਂ ਚਾਰ ਜਾਤੀ ਟੂਰ
ਸੋਹਣਾ
ਕਰਮੀਆਂ ਪਾਵੇ ਮੁੰਡਾ ਸੋਹਣਾ ਜਿਹਾ ਕਰਮੀਆਂ ਪਾਵੇ ਬਹੁਤ ਸਾਹਮਣੇ ਚੂੜ ਚੱਕ ਪੜਦਾ ਸਨ ਗੱਬੂ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਤੀ ਧੂੜ ਕੋਲ ਪੜਦੇ ਨੇ ਬਹੁਤ ਸਾਹਮਣੇ ਗੱਬੂ ਦਾ ਸਮੇਂ ਦੇਸ਼ ਮੇਰੇ ਦੇ ਸੋਹਣੇ ਜੋ ਇਸ ਸ਼ਾਨਦਾਰ ਖੇਡ ਮੇਲਾ ਕਬੱਡੀ ਟੂਰਨਾਮੈਂਟ ਦੇ ਵਿੱਚ ਸਾਨੂੰ ਵੱਡੇ ਯੋਗਦਾਨ ਦਿੱਤੇ ਉਹਨਾਂ ਮਹਾਨ ਸ਼ਖਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਨਾਲ ਅਸੀਂ ਹੁਣ ਸਨਮਾਨ ਕਰਨ ਜਾ ਰਹੇ ਹਾਂ ਸਾਡੀਆਂ ਬਹੁਤ ਹੀ ਸਤਿਕਾਰਯੋਗ ਮਹਾਨ ਸ਼ਖਸੀਅਤਾਂ ਬਲਦੇਵ ਸਿੰਘ ਜੀ ਨੰਬਰਦਾਰ ਸਾਹਿਬ ਸੋਹਣਾ ਨੂੰ ਬੇਨਤੀ ਆ ਕਿ ਆਪਣਾ ਸਨਮਾਨ ਚਿੰਨ ਲੈ ਸਰਦਾਰ ਬਲਦੇਵ ਸਿੰਘ ਜੀ ਨੰਬਰਦਾਰ ਸਾਹਿਬ। ਹਾਂਜੀ ਚੱਲਦੀ ਆਉਣ ਵਾਲਾ ਪਾਗ ਬੜੀ ਲਾ ਸਾਹਮਣੇ ਸੋਈ ਮਹਾਨ ਸ਼ਖਸੀਅਤਾਂ ਦੇ ਸਨਮਾਨ ਕੀਤਾ ਜਿਹੜਾ ਬਲਦੇਵ ਸਿੰਘ ਜੀ ਨੰਬਰਦਾਰ ਸਾਹਿਬ ਰਾਜ ਸਿੰਘ ਜੀ ਮੈਂਬਰ ਸਾਹਿਬ ਇਹਨਾਂ ਨੂੰ ਜੋ ਸਨਮਾਨਿਤ ਕੀਤਾ ਜਾਣਾ ਸਾਡੀਆਂ ਸਤਿਕਾਰਯੋਗ ਮਾਨਯੋਗ ਮਹਾਨ ਸ਼ਖਸੀਅਤਾਂ ਨੂੰ ਸਨਮਾਨ ਕੀਤਾ ਜਾਵੇਗਾ। ਪਰਦਾ ਦੇ ਟੂਰਨਾਮੈਂਟ ਕਮੇਟੀ ਬਾਬਾ ਰਾਮਦਾਸ ਜੀ ਸਪੋਰਟਸ ਕਲੱਬ ਔਰ ਨਾਲ ਸਾਡੇ ਜਿਹੜੇ ਵੀ ਪ੍ਰਬੰਧਕ ਵੀਰ ਨੇ ਸਟੇਜ ਦੇ ਸਾਹਮਣੇ ਖੜੇ ਨੇ ਫਿਰ ਬੇਨਤੀ ਕਰਾਂਗਾ ਸਾਡੇ ਬਲਦੇਵ ਸਿੰਘ ਜੀ ਨੰਬਰਦਾਰ ਸਾਹਿਬ ਸਿੰਘ ਜੀ ਮੈਂਬਰ ਸਾਹਿਬ ਚੱਲਦੀ ਨੌਜਵਾਨ ਪਾਗ ਬੜੀ ਲੋ ਸਾਹਮਣੇ ਸਮੇਂ ਧੂੜ ਧੋੜ ਪੜਦਾ ਗੱਭਰੂ ਕਬੱਡੀ ਕਬੱਡੀ ਕਰਦਾ ਹੈ ਚਾਰ ਜਾਫੀ ਚੂੜ ਚੱਕ ਪੜਦੇ ਕਿ ਸੁੱਖਾ ਸੋਹਣਾ ਦਿਆਲਾ ਵਾਲ ਪੜਦਾ ਚਮਕੀਲਾ ਤੇ ਸੋਨੀ ਦੁਨੀਆਂ ਭਰ ਦੇ ਵਿੱਚ ਮਹਾਨ ਖਿਡਾਰੀ ਹੈ ਤਾਂ ਧੂੜ ਤੋੜੀ ਹੈ ਗੱਭਰੂ ਦਾ ਸਮੇਂ ਜੱਸਾ ਕਬੱਡੀ ਕਬੱਡੀ ਕਰਦਾ ਹੋਇਆ ਦੇਖੋ ਕੀ ਬਣਦਾ ਕਿ ਸੀ ਪੁੱਤ ਬਰਾਣਾ ਦਾ ਜੀ ਦਾ ਤੁਸੀਂ ਬਾਜਾ ਖਾਣਾ ਅੱਖੀਆਂ ਤੋਂ ਦੂਰ ਗਿਆ ਬਲ ਕੇ ਲਾਲੀ ਮੌਤ ਦਾ ਗਾਣਾ ਕਿਉਂ ਮੈਂ ਕੀ ਖੜਕ ਰਹੇ ਜੱਟ ਲੁੱਡੀਆਂ ਪਾਉਂਦਾ ਸੀ ਕਿ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾਂ ਪਾਉਂਦਾ ਸੀ ਕਿ ਮੋਰ ਵੀ ਸ਼ਰਮਾ ਜਾਂਦੇ ਜਦੋਂ ਜੱਟ ਪਹਿਲਾਂ ਪਾਉਂਦਾ ਸੀ ਲੋ ਸਾਹਮਣੇ ਰੈਫਰੀ ਦਾ ਫੈਸਲਾ ਅਟਲ ਹੋਵੇਗਾ ਤੇ ਫੁਆਡ ਸਮੇਂ ਚੂੜ ਚੱਕ ਦੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਚੱਲ ਵੀ ਨੌਜਵਾਨ ਦਾ ਫੁਆਡ ਬੰਦੀ ਉਹਦਾ ਟਰਾਲ ਟਕਾ ਇਸ ਲਿਆਣੀ ਦੀ ਟੀਮ ਤੇ ਉਹ ਟਰਾਲ ਸਹੀ ਸੀਗਾ ਉਹਦੇ ਉੱਪਰ ਡਰਾਵਾ ਜੇਤੂ ਹੋਈ ਠੀਕ ਹੈ ਜੀ ਸਾਡੇ ਜੋ ਐਸਆਈ ਸਾਹਿਬ ਹੈਲੋ ਜੋ ਅਸੀਂ ਅਨਾਊਂਸ ਕੀਤੇ ਨੇ ਇਹ ਸਰਕਾਰੀ ਤੋਂ ਮਹਾਨ ਸ਼ਖਸੀਅਤਾਂ ਨੇ ਸਾਡੇ ਜੋ 1100 ਵਾਲੇ ਦਾਨੀ ਸਾਜੇ ਨੂੰ ਸਨਮਾਨ ਚ ਦੇਣੇ ਨੇ ਸੋਹਣਾ ਵੀਰਾਂ ਦਾ ਅਸੀਂ ਨਾਮ ਅਨਾਊਂਸ ਕਰਾਂਗੇ ਸੋਹਣਾ ਵੀਰਾਂ ਨੂੰ ਬੇਨਤੀ ਆ ਵੀ ਆਪੋ ਆਪਣੇ ਜਿਹੜੇ ਤੁਸੀਂ ਸਨਮਾਨ ਚ ਜ਼ਰੂਰ ਲੈ ਲੈਣੇ ਆ ਕਿਉਂਕਿ ਇਹ ਜਿਹੜਾ ਆਪਣਾ ਹੁਣ ਜਿਹੜਾ ਸਮਾਂ ਕੀਮਤੀ ਆ ਬਾਅਦ ਵਿੱਚ ਆਪਾਂ ਸਾਰਿਆਂ ਨੇ ਮੈਚ ਵੀ ਦੇਖਣੇ ਆ ਜਿਨ੍ਹਾਂ ਨੇ ਸਾਨੂੰ ਵੱਧ ਤੋਂ ਵੱਧ ਮਾਈਕ ਸਹਾਇਤਾ ਦਿੱਤੀ ਉਹਨਾਂ ਨੂੰ ਅਸੀਂ ਸਨਮਾਨ ਚਿੰਨ ਦੇ ਜਾ ਰਹੇ ਹਾਂ ਸਾਡੇ ਵਿਸ਼ੰਦਰ ਸਿੰਘ ਜੀ ਸਾਡਾ ਬੰਤਾ ਸਿੰਘ ਜੀ ਨੂੰ ਵੀ ਆਪਣਾ ਸਨਮਾਨ ਚਿੰਨ ਲੈ ਬਹੁਤ ਬਹੁਤ ਧੰਨਵਾਦ ਹੋਵੇਗਾ ਇਹ ਸਾਰੇ ਦਾਨੀ ਸੱਜਣਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਗਿਆਨ ਸਿੰਘ ਜੀ ਬਿਜਲੀ ਬੋਰਡ ਵਾਲੇ ਸੋਹਣਾ ਵੀ ਬੇਨਤੀ ਆ ਕਿ ਆਪਣਾ ਸਨਮਾਨ ਚਿੰਨ ਲੈ ਬਹੁਤ ਬਹੁਤ ਧੰਨਵਾਦ ਹੋਵੇਗਾ ਸਰਦਾਰ ਗਿਆਨ ਸਿੰਘ ਜੀ ਬਿਜਲੀ ਬੋਰਡ ਵਾਲੇ ਸੋ ਜਿਵੇਂ ਜਿਵੇਂ ਇਹਨਾਂ ਮਹਾਨ ਸ਼ਖਸੀਅਤਾਂ ਦੇ ਅਸੀਂ ਨਾਮ ਅਨਾਊਂਸ ਕਰ ਰਹੇ ਹਾਂ ਸੋ ਆਪੋ ਆਪਣੇ ਸਨਮਾਨ ਚ ਲੈਣ ਦੀ ਸੰਤ ਬਾਬਾ ਪਾਲਾ ਸਿੰਘ ਦੀ ਧਰਤੀ ਪਿੰਡ ਕਲਿਆਲ ਵਿੱਚ ਦੂਸਰਾ ਕਬੱਡੀ ਦਾ ਮਹਾਂਕੁੰਭ 19-20 ਤੇ 21 ਤੇ 22 ਦਸੰਬਰ ਨੂੰ ਪਿੰਡ ਕਲਿਆਲ ਦੀ ਧਰਤੀ ਤੇ ਸੰਤ ਬਾਬਾ ਪਾਲਾ ਸਿੰਘ ਦੀ ਧਰਤੀ ਤੇ ਕਬੱਡੀ ਦਾ ਕੁੰਭ ਕਰਵਾਇਆ ਜਾ ਰਿਹਾ ਜਿਸ ਵਿੱਚ ਕਬੱਡੀ ਉਸ ਤੋਂ 70 ਕਿਲੋ ਕਬੱਡੀ 12 ਕਿਲੋ 52 ਕਿਲੋ ਤੇ 35 ਕਿਲੋ ਤੇ 40 ਸਾਰਿਆਂ ਦਾ ਸ਼ੋਰ ਮੈਚ ਕਰਵਾਏ ਜਾਣਗੇ ਕਬੱਡੀ ਖਿਡਾਰੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਖੁੱਲੇ ਕਿਰਾਏ ਦਿੱਤੇ ਜਾਣਗੇ
ਕਨਿਆਲ ਦੀ ਧਰਤੀ ਤੇ 19-20 ਤੇ 22 ਤੱਕ ਦਾ। ਹਾਂਜੀ ਹਾਂਜੀ ਗਿਆਨ ਸਿੰਘ ਜੀ ਬੀਜ ਬੋਰਡ ਬਾਰੇ ਸਮਾਂਜਨ ਲੈ ਲਿਆ ਜੀ। ਹਾਂਜੀ ਅੱਗੇ ਆਉਣ ਸਾਡੇ ਸਤਿਕਾਰਯੋਗ ਅਵਤਾਰ ਸਿੰਘ ਜੀ ਬੀਜ ਬੋਰਡ ਬਾਰੇ ਲੈ ਲਏ ਲੈਣਾ ਤੋਂ ਸਾਡੇ ਸਤਿਕਾਰਯੋਗ ਨੇ ਸੋਹਣੀ ਆਪਣਾ ਸਨਮਾਨਜਨ ਲੈਣ ਦੀ। ਜਿਵੇਂ ਜਿਵੇਂ ਅਸੀਂ ਨਾਂ ਅਨਾਊਂਸ ਕਰ ਰਹੇ ਹਾਂ ਮਹਾਨ ਸ਼ਖਸੀਅਤਾਂ ਨੂੰ ਬੇਨਤੀ ਹੈ ਵੀ ਆਪੋ ਆਪਣੇ ਜਿਹੜੇ ਸਨਮਾਨਜਨ ਲੈ ਰਹੇ ਬਹੁਤ ਬਹੁਤ ਧੰਨਵਾਦ ਹੋਵੇਗਾ। ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਜਰਨੈਲ ਸਿੰਘ ਜੀ ਮਾਸਟਰ ਅਮਨਦੀਪ ਸਿੰਘ ਜੀ ਸੁਰੇਨਾ ਨੂੰ ਵੀ ਬੇਨਤੀ ਆ ਕਿ ਆਪਣਾ ਸਨਮਾਨਜਨ ਲੈਣ ਦੀ। ਜਰਨੈਲ ਸਿੰਘ ਜੀ ਮਾਸਟਰ ਤੇ ਨਾਲ ਹੀ ਸਾਡੇ ਅਮਨਦੀਪ ਸਿੰਘ ਜੀ ਉਹ ਵੀ ਆਪਣਾ ਸਨਮਾਨਜਨ ਲੈ। ਸਖਦੇਵ ਸਿੰਘ ਜੀ ਸੁਖੀ ਸਰਦਾਰ ਸਖਦੇਵ ਸਿੰਘ ਜੀ ਸੁਖੀ ਸਾਨੂੰ ਪ੍ਰੀਤਮ ਸਿੰਘ ਜੀ ਇਹ ਵੀ ਆਪਣਾ ਸਨਮਾਨਜਨ ਲੈਣ ਸਾਨੂੰ ਵੱਡੇ ਯੋਗਦਾਨ ਦਿੱਤੇ ਨੇ 1100 ਵਾਲੇ ਦਾਨੀ ਸੱਜਣਾ ਨੇ। ਅਗਲੀਆਂ ਟੀਮਾਂ ਦਾ ਮੈਚ ਅਨਾਊਂਸ ਕਰ ਦਿਓ ਤਾਂ ਜੋ ਆਪਾਂ ਜਾਣੀ ਸੱਜਣ ਗੈਸਟ ਆਊਗੀ ਆਪਾਂ ਜ਼ਰੂਰੀ ਆਪਾਂ ਸਨਮਾਨਜਨ ਦੇ ਰਹੇ ਹਾਂ। ਗੁਰੂ ਦੇ ਲੰਗਰ ਵੀ ਦੋਵੇਂ ਚੱਲ ਰਹੇ ਨੇ ਸੋ ਸੰਗਤਾਂ ਨੂੰ ਤੇ ਪਿੰਡਾਂ ਨੂੰ ਬੇਨਤੀ ਪਿਆਰ ਸਤਿਕਾਰ ਦੇ ਨਾਲ ਛੱਡਦੇ ਨੇ। ਗਿਆਨ ਧਿਆਨ ਕਿਸ਼ ਕਰਮ ਨਾਲ ਜਾਣਾ ਸਾਰ ਨਾਲ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਰ ਰੱਖ ਮੇਰੀ ਅਤੇ ਇੱਥੇ ਮਾਨ ਸਮਾਨ ਮੈਂ ਤੁਹਾਨੂੰ ਸਟੇਜ ਆ ਜੀ ਇੱਕ ਮੈਚ ਬੋਲ ਲੈਣ ਦਿਓ ਜਿਹੜਾ ਮੈਚ ਆ ਜੀ ਪਿੰਡ ਏ ਤੇ ਬਾਜਾ ਖਾਨਾ ਦੋਨੋਂ ਟੀਮਾਂ ਤਿਆਰ ਰਹਿਣ ਤੇ ਪਾਣੀ ਪੂਜਾ ਕਰੋ ਜੀ। ਨਾਲ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸਰਦਾਰ ਦਲਵੀਰ ਸਿੰਘ ਜੀ ਸੁਰੇਨਾ ਮਹਾਨ ਸ਼ਖਸੀਅਤਾਂ ਨੂੰ ਬੇਨਤੀ ਆਪਣੇ ਸਨਮਾਨਜਨ ਲੈਣ। ਜਿਵੇਂ ਜਿਵੇਂ ਅਸੀਂ ਅਨਾਊਂਸ ਕਰ ਰਹੇ ਹਾਂ ਸੋ ਆਪਣੇ ਸਨਮਾਨਜਨ ਲੈ ਲੈਣ ਜੀ। ਸੁਰਜੀਤ ਸਿੰਘ ਜੀ ਸੀਤਾ ਸਾਡਾ ਬਲਬੀਰ ਸਿੰਘ ਜੀ ਇਹ ਵੀ ਆਪਣਾ ਸਨਮਾਨਜਨ ਲੈਣ ਜੀ। ਹਰਵੀਰ ਸਿੰਘ ਜੀ ਫੌਜੀ ਸਾਹਿਬ ਉਹ ਵੀ ਆਪਣਾ ਸਨਮਾਨਜਨ ਲੈਣ। ਜਸਪਾਲ ਸਿੰਘ ਜੀ ਸਾਡਾ ਭਜਨ ਸਿੰਘ ਜੀ ਮਨਪ੍ਰੀਤ ਸਿੰਘ ਜੀ ਸਾਡਾ ਜਸਪਾਲ ਸਿੰਘ ਜੀ ਇਹ ਵੀ ਆਪਣਾ ਸਨਮਾਨਜਨ ਲੈ ਲੈਣ। ਹਰਬੰਸ ਸਿੰਘ ਜੀ ਸਾਡਾ ਸਾਧੂ ਸਿੰਘ ਜੀ ਇਹ ਵੀ ਆਪਣੇ ਸਨਮਾਨਜਨ ਲੈਣ ਜੀ। ਸਾਡੇ ਬਹੁਤ ਹੀ ਸਨਮਾਨਯੋਗ ਸਰਦਾਰ ਦਰਸ਼ਨ ਜੀ ਏਐਸਏ ਸਾਹਿਬ ਪਿੰਡ ਏ ਪੁੱਜੀ ਹੈ ਬਾਜਾ ਖਾਨਾ ਨਹੀਂ ਪੁੱਜਾ ਜੀ ਤੂੰ ਦੱਸੋ ਬਾਜਾ ਖਾਨਾ ਨਹੀਂ ਆ ਗਈ ਬਾਜੇ ਖਾਨੇ ਦੀ ਟੀਮ ਨਹੀਂ ਆ ਰਹੀ ਜੀ
ਬਾਅਦ ਅਕਾਲੀ ਦੀ ਟੀਮ ਮੈਂ ਕਾਲ ਕਰਾਂ ਬਾਜੀ ਖੰਡ ਦੀ ਟੀਮ ਨੂੰ, ਠੀਕ ਹੈ ਜੀ, ਬਾਜੇ ਖੰਡ ਦੀ ਟੀਮ ਨੂੰ ਬੇਨਤੀ ਕਰਦਾ ਬਿਨਾਂ ਕਿਸੇ ਦੇਰੀ ਤੋਂ ਕੱਪੜੇ ਤਾਰ ਕੇ ਖੇਡ ਮੈਦਾਨ ਵਿੱਚ ਪੁੱਜੇ ਬਾਜੇ ਖੰਡ ਮਿਲੀ ਬਹੁਤ ਹੋਰ ਟੀਮਾਂ ਜੀ ਸਾਡਾ ਦਿਲ ਨਹੀਂ ਕਰਦਾ ਹਰੇਕ ਜੀ ਟੀਮ ਮੈਚ ਖੇਡੇ ਆਪਣਾ ਪ੍ਰਦਰਸ਼ਨ ਦਿਖਾਵੇ ਬਾਜੇ ਖਾਣੇ ਨੂੰ ਕਾਲ ਕਰਾਂ ਸਾਰੇ ਸਿੰਗਦਾਰ ਜੋ ਪਲੇਅਰ ਆ ਖੇਡ ਮੈਦਾਨ ਵਿੱਚ ਪੁੱਜਣਾ ਮੈਂ ਕੋਟੂ ਰਾਜ ਜੀ ਦੋਵਾਂ ਟੀਮਾਂ ਕੰਡਿਆਲ ਦੋ ਟੀਮਾਂ ਖੇਡ ਮੈਦਾਨ ਚ ਪੁੱਜਣ ਬੁਰੀਆਂ ਵਾਲਾ ਤੇ ਕੰਡਿਆਲ ਜੀ ਕੰਡਿਆਲ ਦੀ ਪੁੱਜ ਜੀ ਕੰਡਿਆਲ ਦੀ ਟੀਮ ਦੇ ਆਵਾਜ਼ ਨੀ ਸੁਣਦੀ ਹੋਵੇ ਬੁਰਸ ਨੀ ਪੁੱਜੇ ਕੰਡਿਆਲ ਪਿੰਡ ਬਾਲੇ ਵਾਲ ਕੇ ਸਾਰੇ ਸਤਿਕਾਰ ਜੋ ਵੀ ਆ ਆਪਣੀ ਟੀਮ ਲੈ ਕੇ ਖੇਡ ਮੈਦਾਨ ਚ ਪੁੱਜਣਾ ਕੰਡਿਆਲ ਪਿੰਡ ਵਾਲੇ ਚੱਕ ਗੇਜੇ ਵਾਲੇ ਢਲ ਵਾਲਾ ਬਾਬਾ ਲਾਡੀ ਸਾਹਿਬ ਵਾਲ ਗੁਰੂ ਸਾਹਿਬ ਤੇ ਬਤਵਾਲ ਸਲੀੜੇ ਦੀ ਟੀਮ ਬਾਲੀ ਦੇ ਵਿੱਚ ਸੁਰਾਵਾਂ ਤੇ ਗੋਚਾਲਾ ਕੋਲ ਕੋਲ ਕਲਾ ਇਹ ਵੀ ਟੀਮਾਂ ਖੇਡ ਮੈਦਾਨ ਨਾਲ ਜੁੜਨ ਆਖਰੀਕਾਰ ਬਾਜੇ ਖਾਣੀ ਦੀ ਟੀਮ ਨੂੰ ਆ ਆਖਰੀ ਕਾਲ ਕਰਨ ਨਾਲ ਕੰਡਿਆਲ ਦੀ ਟੀਮ ਨੂੰ ਦੋਵੇਂ ਟੀਮਾਂ ਖੇਡ ਮੈਦਾਨ ਵਿੱਚ ਪੁੱਜਣ ਬੇਨਤੀ ਕਰਦੇ ਹਾਂ ਕਿ ਸਾਥੋਂ ਆਪ ਅਨਾਉਂਸਮੈਂਟ ਕਰਾਓ ਜਿਹਦਾ ਨਾਮ ਬੋਲਿਆ ਜਾਂਦਾ ਉਹ ਕੱਪੜੇ ਲਾ ਕੇ ਗਰਾਊਂਡ ਕਰ ਦਿਓ ਬਾਜਾ ਖਾਨ ਦੀ ਟੀਮ ਦੇ ਸਾਡੀ ਆਵਾਜ਼ ਸੁਣਦੀ ਹੋਵੇ ਤਾਂ ਇੱਕ ਮਿੰਟ ਦੇ ਵਿੱਚ ਆ ਸਕਦੀ ਜਾਂ ਤੁਹਾਨੂੰ ਪਲੇਅਰ ਦੱਸੇ ਨਹੀਂ ਅਸੀਂ ਦੂਸਰੀ ਟੀਮ ਨੂੰ ਆਵਾਜ਼ ਬੋਲ ਦੇਣਾ ਇੱਕ ਮਿੰਟ ਦਾ ਫਿਰ ਟਾਈਮ ਦਿੱਤਾ ਜਾਂਦਾ ਬਾਜਾ ਖਾਨ ਦੀ ਟੀਮ ਹੈਲੋ ਹੈਲੋ ਬਾਜਾ ਖਾਨਾ ਪਿੰਡ ਬਿਨਾਂ ਕਿਸੇ ਦੇਰ ਤੋਂ ਖੇਡ ਮੈਦਾਨ ਨੂੰ ਪੁੱਜੇ ਕੁਝ ਟੀਮ ਕਾਫੀ ਲੰਬਾ ਪਹਿਲਾਂ ਤੈਅ ਕਰਕੇ ਪੁੱਜੀ ਆ ਮੈਂ ਵਾਰ ਵਾਰ ਅਨਾਊਂਸ ਕਰਦਾ ਆਖਰੀ ਕਾਲ ਬਾਜੇ ਖਾਨ ਦੀ ਟੀਮ ਨੂੰ ਕੰਪਨੀ ਪਾਰਟੀ ਕੰਡਿਆਲ ਪੁੱਜਦੀ ਹੋਈ ਜਿਹੜੇ ਮੈਦਾਨ ਵਿੱਚ ਹੈ ਬਹੁਤ ਬਹੁਤ ਧੰਨਵਾਦ ਟੀਮ ਕੰਡਿਆਲ ਦੀ ਖੇਡ ਮੈਦਾਨ ਵਿੱਚ ਹੋ ਰਹੀ ਹੈ ਤੇ ਬਾਜਾ ਖਾਨਾ ਚਾਹ ਕੇ ਮੈਚ ਨੂੰ ਪੁੱਜਣੀ ਚਾਹੀਦੀ ਹੈ ਕੰਡਿਆਲ ਦੀਆਂ ਟੀਮਾਂ ਆ ਗਈਆਂ ਮੈਚ ਆਓ ਆ ਜੀ
ਕਮੇਟੀ ਬਹੁਤ ਹੀ ਵਧੀਆ ਵਧੀਆ ਪ੍ਰਬੰਧ ਆ, ਸਾਰੇ ਟੀਮਾਂ ਨੂੰ ਸਤਿਕਾਰ ਦਿੰਦੇ ਨੇ, ਸਾਰੇ ਆਪਾਂ ਪ੍ਰਬੰਧ ਕਮੇਟੀ ਦਾ ਧੰਨਵਾਦ ਕਰਦੇ ਨੇ ਜਿਹੜੇ ਖਿਡਾਰੀ ਮੇਰੇ ਵੱਡਾ ਮਾਣ ਕਰ ਸਕਦੇ ਆ। ਦਿਲ ਟੀਮਾਂ ਸਿੱਧਵਰ ਅੱਗੇ ਗੱਲਦੇ ਆ ਔਰ ਘੱਟ ਕਰਾਂ ਜੇ ਤਾਂ ਇਸ ਮੈਚ ਖੇਡਦੇ ਖੇਡਦੇ ਮਾਜਾ ਖਰਾ ਆ ਗਿਆ ਨਹੀਂ ਅਸੀਂ ਨੂੰ ਵਾਰ ਹੋ ਦੇਣਾ ਸੀ ਇਸ ਟੀਮ ਦੇ ਬੋਲਣੇ ਟਾਈਮ ਚ। ਅਸੀਂ ਜਿੰਨਾ ਦੇ ਮੈਚ ਚੱਲਦਾ ਜੇ ਮੈਚ ਦੇ ਚੱਲਦੇ ਚੱਲਦੇ ਆ ਗਈ ਮਾਜਾ ਕਰਨਾ ਨਹੀਂ ਅਸੀਂ ਦੂਸਰੀ ਟੀਮ ਨੂੰ ਵਾਰ ਹੋ ਦੇਣਾ ਉਹਨਾਂ ਦੇ ਮੁਕਾਬਲਾ ਸ਼ੁਰੂ ਹੋ ਜਾ ਰਿਹਾ। ਮੈਂ ਪਹਿਲਾਂ ਅਨਾਊਂਸ ਕੀਤਾ ਦੋ ਟੀਮਾਂ ਫੋਰਸਿਸ ਰੈਡੀ ਹੈ, ਚੱਕ ਕੇਜਰੀਵਾਲ ਦੇ ਘਰ ਕਰਾਂ ਤੇ ਨਾਲ ਬਾਜਾ ਖੰਡ ਪਿੰਡ ਜੀ ਇਹਨੀ ਟੀਮਾਂ ਰੈਡ ਰੈਡ। ਅਸੀਂ ਬਾਜੇ ਖੰਡ ਦੇ ਉੱਪਰ ਅਨਾਊਂਸ ਕਰਦੇ ਜਦੋਂ ਵੀ ਇਹ ਟੀਮ ਖੰਡ ਹੋਊਗੀ ਜਿਹੜਾ ਗਰਾਊਂਡ 'ਚ ਆ ਕੇ ਉਹਨਾਂ ਦਾ ਮੈਚ ਸਟਾਰਟ ਕਰ ਦੇਣਾ ਨਾ ਦੂਜੀ ਟੀਮ ਨੂੰ ਵਾਰਡ ਆਊਟ ਦੇ ਦੇਣਾ, ਬਿਲਕੁਲ ਵੇਟ ਕਰਨੀ। ਅਗਲਾ ਮੈਚ ਆ ਚੱਕ ਗਲਤੇਵਾਲ ਦੇ ਘਰ ਕਰਾਂ, ਇਹ ਦੋਨੇ ਟੀਮਾਂ ਤਿਆਰ ਹੈ। ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ, ਰਿਸ਼ੀਆਂ ਮੁਨੀਆਂ ਦੀ ਧਰਤੀ ਹੈ, ਫਤਿਹ ਫੁਰੀਆਂ ਦੀ ਧਰਤੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ, ਦਸਾਂ ਗੁਰੂਆਂ ਦੀ ਜੋਤ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਹ ਦਰਸ਼ਨ ਜਾਂਦਾ ਹੈ, ਭਗਤ ਸਿੰਘ ਊਧਮ ਸਿੰਘ, ਕਰਤਾਰ ਸਿੰਘ ਸਰਾਭੇ ਵਰਗੇ ਦੀ ਨਗਰੀ ਹੈ। ਅੱਜ ਆਪਾਂ ਜੇ ਫਿਰੋਜ਼ਪੁਰ ਦੀ ਪਿੰਡ ਵਿੱਚ ਵਸਿਆ ਹੋਇਆ ਪਿੰਡ ਕੋਲ ਕੋਲ ਕਲਾ ਪੂਰੀ ਦੁਨੀਆਂ ਵਿੱਚ ਮਸ਼ਹੂਰ ਆ। ਧੰਨ ਧੰਨ ਬਾਬਾ ਰਾਮਦਾਸ ਪ੍ਰਬੰਧ ਕਮੇਟੀ ਪਿੰਡ ਕੋਲ ਕੋਲ ਕਲਾ ਵੱਲੋਂ ਅੱਜ ਦਾ ਇਹ ਚੱਲਦਾ ਹੋਇਆ ਟੂਰਨਾਮੈਂਟ ਦੂਸਰੇ ਦਿਨ ਵਿੱਚ ਪ੍ਰਵੇਸ਼ ਕਰ ਗਿਆ। ਧੰਨ ਧੰਨ ਬਾਬਾ ਰਾਮਦਾਸ। ਠੀਕ ਹੈ, ਮੁਕਾਬਲਾ ਸ਼ੁਰੂ ਹੋਣ ਜਾ ਰਿਹਾ। ਕੰਡਿਆਰ ਦੀ ਟੀਮ ਇੱਧਰ ਤਲਵੰਡੀ ਭਾਈ ਵਾਲੀ ਸਾਈਡ ਆ, ਬੁਰੀਆਂ ਵਾਲ ਦੀ ਟੀਮ ਇੱਧਰ ਪਿੰਡਵਰ ਸਾਈਡ ਆ। ਪਹਿਲੀ ਵੇਰ ਖੇਡ ਮੈਦਾਨ ਵਿੱਚ ਬੁਰੀਆਂ ਵਾਲ ਦਾ ਨਗਰ ਪਾਉਂਦਾ ਹੋਇਆ ਬਾਅਦ ਕੇ ਖੇਡ ਮੈਦਾਨ ਵਿੱਚ ਧੰਨ ਧੰਨ ਬਾਬਾ ਰਾਮਦਾਸ, ਧੰਨ ਧੰਨ ਸੰਤ ਬਾਬਾ ਮਹਾਂਪੁਰਖ ਮਹੇਸ਼ਪੁਰੀ ਜੀ ਬੋਲ ਵਾਲੇ ਜੀ ਯਾਦ ਨੂੰ ਸਮਰਪਿਤ ਅੱਜ ਦਾ ਚੱਲਦਾ ਹੋਇਆ ਦੂਸਰੇ ਦਿਨ ਦਾ ਖੇਡ ਮੇਲਾ। ਮੇਰੇ ਸਾਹਮਣੇ 52 ਸਾਲਾਨਾ ਕਬੱਡੀ ਟੂਰਨਾਮੈਂਟ ਦਾ ਤੇ ਪਹਿਲਾ ਪੁਆਇੰਟ ਦੋਨੋਂ ਵਾਲੀ ਟੀਮ ਦੇ ਖਾਤੇ ਜੁੜਦਾ ਹੋਇਆ। ਅਫਸਰ ਸਾਹਿਬ ਨੂੰ ਬੇਨਤੀ ਕੀਤੀ ਜਾਂਦੀ ਕਿ ਇਹ 8ਵੇਂ ਟੂਰਨਾਮੈਂਟ ਦਾ ਦੂਜਾ ਦਿਨ ਹੈ ਜੀ, ਇਹ ਗਲਤੀ ਨੇ ਬੋਲ ਕਹਿ ਗਿਆ ਸਾਨੂੰ 8ਵਾਂ ਟੂਰਨਾਮੈਂਟ ਦਾ ਦੂਜਾ ਦਿਨ ਹੈ। ਪੰਜਾਬ ਦੇ ਵਿੱਚ 1 ਨੰਬਰ ਦੀ ਰਨ ਸਾਰੇ ਕਮਾਈ ਹੋਈ ਆ। ਗੁਰਮੀ ਭਾਈ ਵਾਲੇ ਨੀਤੇ ਹੁਣ ਆਪਣੇ ਵਾਰ ਕਵੇ ਵਰਗੇ ਇੰਦਰਜੀਤ ਵਰਗੇ ਸਾਰੇ ਸਤਿਕਾਰ ਜੁਗ ਗਈ ਆ। ਪੰਜਾਬ ਲਾਈਵ ਵਨ ਡੋਰ ਕੋਮ ਦੇ ਜਰੀਏ 1-1 ਰੇਲ ਦਿਖਾਈ ਜਾ ਰਹੀ ਆ, 1-1 ਕਮਾਈ ਦਿਖਾਈ ਜਾ ਰਹੀ ਆ ਤੇ ਪੁਆਇੰਟ ਬੋਲੀਆਂ ਵਾਲੀ ਟੀਮ ਦੇ ਖਾਤੇ ਜੁੜਦਾ ਹੋਇਆ। ਬਾਜਾ ਖਾਨਾ ਪੁੱਜੀ ਆ ਤਾਂ ਹੱਥ ਰੱਖ ਕੇ ਬਾਜਾ ਖਾਨਾ ਜੀ ਹਰਿਆਣੇ ਦੇ ਪਿੰਡ ਕਾ ਦਾ ਕੀ ਫਾਇਦਾ ਹੈ ਬਾਈ, ਉਹਨਾਂ ਨੇ ਵਜਨ ਕਰਾਇਆ ਨਹੀਂ ਕਰਾਇਆ, ਜੇ ਨਹੀਂ ਕਰਾਇਆ ਤਾਂ ਦੂਜੇ ਨੂੰ ਜੇਤੂ ਜੋ ਹੈ ਢੰਡਾ ਜੇਤੂ ਵਾਲੀ ਹੋਰ ਕਿਉਂ
ਕੀ ਦਿਖਾਤੇ ਵਿਚਾਰ ਪੁਆਇੰਟ ਕੰਡਿਆਲ ਦੀ ਟੀਮ ਦੇ ਹੋਇਆ ਕੱਲ੍ਹ ਮੈਂ
ਜਿਹੜਾ ਜਵਾਨੀ ਧਰਤੀ ਦਾ ਇੱਕ ਮੈਂਬਰ ਦਾ ਵਾਅਦਾ ਕਰਦਾ ਹੋਇਆ ਖੇਡ ਮੈਦਾਨ ਵਿੱਚ ਕੋਈ ਖੁੱਲੇ ਫੇਸਬੁੱਕ ਕੋਈ ਖੁੱਲੇ ਸਕੈਟੀ ਕਬੱਡੀ ਦੁਨੀਆਂ ਤੇ ਪਹੁੰਚਾਉਣੇ ਕਹਿੰਦਾ ਨਹੀਂ ਤੈਨੂੰ ਹੱਟੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਲੋਕੀ ਕਹਿੰਦੀ ਦੇ ਨਜ਼ਾਰੇ ਐਵੇਂ ਨੀ ਨੀਟ ਦੇ ਗੜੇ ਨੂੰ ਹਰਕੀ ਨੂੰ ਦਿੰਦੇ ਸ਼ਾਬਾਸ਼ ਸਾਰੇ ਪੰਜਾਬ ਲਾਈਵ ਵਨ ਕਰਦੇ ਵਿੱਚ ਅੱਗੇ ਇੱਕ ਕਬੱਡੀ ਦਿਖਾਈ ਜਾ ਰਹੀ ਆ ਲੋ ਸਾਹਮਣੇ ਚਾਰ ਜਾਫੀਆ ਦੁਨੀਆਂ ਵਾਲਾ ਪਿੰਡ ਸਿੰਘ ਸਿੰਘ ਦਾ ਪਿੰਡ ਆ ਪਿੰਡ ਵਾਲੇ ਮਹਾਨ ਖਿਡਾਰੀ ਦੀ ਨਗਰੀ ਆ ਲੋ ਪੁਆਇੰਟ ਸਟਾਪਰ ਦੇਖਾ ਤੇ ਜੁੜਦਾ ਹੋਇਆ ਚੱਕ ਗੇਜੇ ਵਾਲਾ ਪਿੰਡ ਤੇ ਢਲ ਕਰਾ ਦੋਵੇਂ ਟੀਮਾਂ ਰਹਿੰਦੀ ਹੈ ਨਾਲ ਬਾਜੇ ਖਾਨਾ ਪੁੱਜੀਆ ਤਾਂ ਹੱਥ ਨਾਲ ਕਰੋ ਬਾਜੇ ਖਾਨਾ ਪਿੰਡੀ ਨਹੀਂ ਅਸੀਂ ਪਿੰਡ ਇਹ ਨੂੰ ਵਾਹ ਕਰ ਦੇਵਾਂਗੇ ਨਾਲ ਸਾਹਮਣੇ ਗੁਰਜੀਤ ਸੁਨੇਹੇ ਪਿੰਡ ਵਾਲਾ ਅਗਲੇ ਰੇਤ ਵਾਲਾ ਹੋਇਆ ਖੇਡ ਮੈਦਾਨ ਵਿੱਚ ਇੱਕ ਤੂਤਾਂ ਦਾ ਗੁਰਜੀਤ ਫੁੱਲੇ ਕੋਈ ਕੌਣ ਹੈ ਵਿੱਚ ਸੁਨੀਤ ਫੁੱਲੇ ਜਿਹੜੀ ਕੌਂਟੀ ਨਾਲ ਪੀਤ ਫੁੱਲੇ 2000 ਕੈਨੇਡਾ ਦੇ ਸਾਰੇ ਕਬੱਡੀ ਕੱਪਾਂ ਦਾ ਉੱਤਮ ਧਾਰੀ ਐਲਨ ਜਾਂ ਫਿਰੋਜ਼ਪੁਰ ਜ਼ਿਲ੍ਹੇ ਨੂੰ ਮਾਣ ਆ ਲੋ ਬੁੜੀਆਂ ਵਾਲੇ ਦੀ ਅਗਲੀ ਰੇਤ ਖੇਡ ਮੈਦਾਨ ਵਿੱਚ ਨਾਲ ਬਾਬਾ ਨਾਨਕਸ਼ਾਹ ਕਰਾਉਂਦਾ ਗੁਰੂ ਸਾਹਿਬ ਤੇ ਬੰਦੇਵਾਲ ਸੁਨੇਹਾ ਬਾਈ ਜੀ ਵਰਤਿਆ ਸੁਰਾਵਾ ਤੇ ਗੋਸ਼ਾਲਾ ਕੋਰ ਪੜ ਕਰਾ ਇਹ ਟੀਮਾਂ ਰਹਿਣ ਗਿਆ ਨੌ ਨੌਜਵਾਨ ਦੇ ਖੁੱਚ ਭਾਗੇ ਕਲਵਾਰ ਪਿੰਡ ਵਾਲੇ ਨੇ ਕਿ ਖੁੱਚ ਪੱਟਣੀ ਤੇ ਬਾੜੀ ਔਖੀ ਲਾਉਣੀ ਕਬੱਡੀ ਵਿੱਚ ਧਾਕ ਉਤਰੋ ਮੈਂ ਤੁਹਾਨੂੰ ਸਟੇਜ ਜੀ ਸਾਰੇ ਬੜਿਆਂ ਨੂੰ ਫਿਰ ਬੇਨਤੀ ਕਰਦੇ ਆ ਕਿ ਸਮੇਂ ਦੀ ਕਦਰ ਕਰਨ ਸਾਰੇ ਵਧੀਆ ਪੜ੍ਹੇ ਗਏ ਮੁੰਡੇ ਆ ਇਹ ਸਮੇਂ ਦੀ ਕਦਰ ਕਰੋ ਤੁਹਾਡਾ ਹੀ ਫਾਇਦਾ ਜੇ ਬਿਲਕੁਲ ਬਹੁਤ ਬਹੁਤ ਧੰਨਵਾਦ ਭਿੰਦੇ ਜੀ ਜ਼ਿੰਦਗੀ ਦਾ ਪਲ ਉੱਤਰ ਆ ਜਿੱਥੇ ਆਪਾਂ 40 ਸਾਲਾਂ ਵਿੱਚ ਭਿੰਦੇ ਦੀ ਕਬੱਡੀ ਥੱਕਾਂਗੇ ਖੇਡ ਮੈਦਾਨ ਵਿੱਚ ਵਰਗੇ ਮਾਲ ਵਾਲੀ ਗੱਲ ਇਸ ਲੈਕਰ ਦੇ ਦੁਨੀਆਂ ਦੇ ਮਹਾਨ ਖਿਡਾਰੀ ਸੋਨੀ ਵਰਗੇ ਗੀਤੇ ਵਰਗੇ ਫੌਜੀ ਵਰਗੇ ਬਿੰਦਰ ਵਰਗੇ ਵਿਤਾਰ ਵਰਗੇ ਇਸ ਲੈਕਰ ਦਾ ਮਾਲ ਆ ਤੇ ਮੰਦਰ ਗੋਲ ਗੋਲ ਨੂੰ ਪੂਰੀ ਦੁਨੀਆਂ ਜਾਣਦੀ ਆ ਜੇ ਪੁੱਛੇ ਝਾਤ ਮਾਰੀਏ ਮੁਖਤਿਆਰ ਮੇਰੀ ਦਾ ਨਾਂ ਚੱਲਿਆ ਜਿੱਥੇ ਗੱਲ ਹੋਈ ਸਰਦਾਰ ਮੈਂ ਇੱਕ ਸਟੇਜ ਨੂੰ ਹੋਰ ਸੁਝਾ ਦਿਆਂਗਾ ਜਦੋਂ ਵੀ ਤੁਹਾਡੇ ਕੋਲ 80 ਮੈਂਟਰ ਕਰਦੀ ਹੈ ਤਾਂ ਨਾਲ ਦੀ ਨਾਲ ਹੀ ਉਹਨਾਂ ਦਾ ਮੋਬਾਈਲ ਫੋਨ ਲੈ ਲਿਆ ਕਰੋ ਜਦੋਂ ਵੀ 80 ਮੈਂਟਰ ਕਰਦੀ ਉਹਦਾ ਮੋਬਾਈਲ ਫੋਨ ਜ਼ਰੂਰ ਨਾ ਲੈ ਲਓ ਇੱਥੇ ਦੇ ਤਾਂ ਕਿ ਉਹਨਾਂ ਨੂੰ ਅਸੀਂ ਨਾਲ ਦੀ ਨਾਲ ਮੈਚ ਕਰ ਲਈਏ ਟਾਈਮ ਸਿਰ ਆਪਣੇ ਕੱਪੜੇ ਉਤਾਰ ਕੇ ਵਾਪਸ ਆਉਣ
ਉਹਨਾਂ ਨੂੰ ਸਪੀਕਰ ਜਿਹੜੇ ਜਾਨਵਰ ਬੋਲਦੇ ਆ ਇਹਨਾਂ ਨੂੰ ਆਦੀ ਹੋ ਚੁੱਕੇ ਜੈ ਮੋਬਾਈਲ ਦੇ ਚੱਲ ਪੈਣ। ਲਓ ਸਾਹਮਣੇ ਜਗ੍ਹਾ ਜਵਾਨੀ ਧਰਤੀ ਦਾ ਅਗਲੀ ਰੇਡ ਪਾਉਂਦਾ ਹੋਇਆ ਜਿੱਥੇ ਬੰਦੇ ਮਾਣ ਵਾਲੀ ਗੱਲ ਆ ਮਾਤਾ ਚੰਦ ਕੌਰ ਦੀ ਯਾਦ ਵਿੱਚ ਸਰਦਾਰ ਕਰਿੰਦਰ ਸਿੰਘ ਜੀ ਪ੍ਰਧਾਨ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਉਹਨਾਂ ਦੇ ਪਰਿਵਾਰ ਵੱਲੋਂ ਪੂਰੀ 61,000 ਰੁਪਏ ਦੀ ਵੱਡੀ ਰਾਸ਼ੀ ਪੁੱਜੀ ਆ। ਅਸੀਂ ਧੰਨਵਾਦ ਕਰਾਂਗੇ ਮਾਤਾ ਜਰਨੈਲ ਕੌਰ, ਕਰਿੰਦਰ ਸਿੰਘ ਜੀ ਪ੍ਰਧਾਨ, ਜਸਵਿੰਦਰ ਸਿੰਘ ਜੀ, ਮਨਜੀਤ ਸਿੰਘ ਜੀ ਕਨੇਡਾ, ਵੱਡੇ ਮਾਣ ਵਾਲੀ ਗੱਲ ਆ ਪਰਿਵਾਰ ਵਾਲੇ ਨਾਲ ਚੰਗੜੀ ਤਰੱਕੀ ਪਾਰਟੀ ਨਾਲ ਤਾਲੀ ਸੱਜਣਾ ਨੂੰ ਨਾਲ ਸੰਤ ਮਹਾਂਪੁਰਖ ਸੰਤ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਵੱਲੋਂ ਪੂਰੇ 51,000 ਕਬੱਡੀ ਓਪਨ ਦਾ ਪਹਿਲਾ ਇਨਾਮ ਦਿੱਤਾ ਜਾਣਾ, ਨਾਲ ਸੁਰਜਨ ਸਿੰਘ ਜੀ, ਚੰਦ ਸਿੰਘ ਜੀ ਗੁਰਸਾ, ਮਾਰਕੀਟਿੰਗ ਕਮੇਟੀ ਮੈਂਬਰ ਉਹਨਾਂ ਦੇ ਪਰਿਵਾਰ ਵੱਲੋਂ ਕਬੱਡੀ ਓਪਨ ਦਾ ਦੂਜਾ ਇਨਾਮ ਦਿੱਤਾ ਜਾਵੇਗਾ ਖੇਡ ਮੈਦਾਨ ਨੂੰ। ਜਾਵੇਗਾ ਨਾਲ ਬਲਦੇਵ ਸਿੰਘ ਜੀ ਨੰਬਰਦਾਰ ਪ੍ਰਧਾਨ ਕਿਸਾਨ ਯੂਨੀਅਨ, ਲਖਵੀਰ ਸਿੰਘ ਜੀ ਜੁੜੇ ਸੀ, ਕਰਮਜੀਤ ਸਿੰਘ ਜੀ ਜੁੜੇ ਸੀ, 40 ਸਾਲਾਂ ਦਾ ਪਹਿਲਾ ਨਾਮ ਪੂਰੇ 15,000 ਰੁਪਏ ਉਹਨਾਂ ਨੂੰ ਦਿੱਤਾ ਜਾਵੇਗਾ। ਗੋਰਾ ਖੁਰਸਾ 40 ਸਾਲਾਂ ਦਾ ਦੂਜਾ ਨਾਮ ਪੂਰੇ 12,000 ਰੁਪਏ ਉਹਨਾਂ ਨੂੰ ਦਿੱਤਾ ਜਾਵੇਗਾ। ਨਾਲ ਹਰਜਿੰਦਰ ਸਿੰਘ ਜੀ ਮੈਂਬਰ ਪੰਚਾਇਤ 11,500 ਰੁਪਏ ਵੱਡੀ ਰਾਸ਼ੀ ਪੁੱਜੀ ਆ। ਬਲਨਾਰ ਸਿੰਘ ਜੀ ਰਾਜਾ ਸਾਬਕਾ ਮੈਂਬਰ ਪੰਚਾਇਤ ਪੂਰੇ 11,000 ਰੁਪਏ, ਹਰਜਿੰਦਰ ਸਿੰਘ ਜੀ ਕਨੇਡਾ ਪੂਰੇ 10,500 ਰੁਪਏ, ਕੁਲਦੀਪ ਸਿੰਘ ਜੀ ਕਨੇਡਾ 10,500 ਰੁਪਏ। ਮੈਂ ਸਾਹਿਬ ਦੋਵੇਂ ਟੀਮਾਂ ਖੇਡ ਮੈਦਾਨ ਵਿੱਚ ਸੈਂਟਰ ਦੌੜ ਚੰਦ ਬੇਜੇ ਵਾਲਾ ਢਾਲਦਾ ਜੀ ਮਾਜ ਜੀ ਬਾਜਾ ਖਾਣ ਦੀ ਪੁੱਜੀ ਟਿੰਡਰ ਏ ਦਾ ਚਾਰ ਦੇ ਮੈਚ ਦੇ ਪੁਆਇੰਟ ਕਿੰਡਿਆਰ ਦੇ ਪੁਆਇੰਟ ਨੇ ਪੂਰੇ 15 ਪੁਆਇੰਟ ਹੈ, ਬੁਰੀਆ ਵਾਲੇ ਦੇ 9.5 ਪੁਆਇੰਟ ਆ। ਕਿੰਡਿਆਰ ਦੀ ਟੀਮ ਚਾਰ ਦੇ ਮੈਚ ਦੀ ਜੇਤੂ ਟੀਮ ਹੈ। ਲੋਡ ਕਰਨ ਐਂਟਰੀ ਕਾਊਂਟਰ ਦੇਣ ਦਾ ਦਰਬਾਰ ਦੋਵੇਂ ਟੀਮਾਂ ਚੱਕ ਡੇਜੇ ਵਾਲਾ ਤੇ ਢਲ ਕਰਨ। ਇਹ ਬਾਜਾ ਖਾਨ ਦੀ ਟੀਮ ਨਹੀਂ ਆਈ, ਨਹੀਂ ਆਈ ਤਿਆਰ ਇੱਕ ਦੂਜੇ ਦਾ ਰਹਿਣ ਮਸ਼ਵਰਾ ਕਰ ਲੋ, ਕਿਸੇ ਦਾ ਇਤਰਾਜ ਲੈ ਕੇ ਬਾਅਦ
ਸੀ ਜੀ ਚੱਲ ਦੇ ਮੈਚ ਵਿੱਚ ਤੁਹਾਨੂੰ ਖਰਾਬ ਹੁੰਦਾ ਤੇ ਵੀਰ ਪਹਿਲਾਂ ਹੀ ਪਾਕਿਸਤਾਨ ਨੇ ਕੰਮ ਕਰ ਲਿਆ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਅਕਾਲੀ ਆਗੂ ਡਾਕਟਰ ਜਗਨੈਲ ਸਿੰਘ ਜੀ ਨਰਗਵਾਲ ਅਤੇ ਸਰਪੰਚ ਸਿੰਘ ਜੀ ਟੂਰਨਾਮੈਂਟ ਕਮੇਟੀ ਸਰਦਾਰ ਡਾਕਟਰ ਜਗਨੈਲ ਸਿੰਘ ਜੀ ਸੀਨੀਅਰ ਅਕਾਲੀ ਆਗੂ ਨਰਗਵਾਲ ਅਤੇ ਸਰਪੰਚ ਭੁਪਿੰਦਰ ਸਿੰਘ ਲੁਧਿਆਣੇ ਵਾਲੇ ਕੋਲ ਕੋਲ ਕੇ ਪੁੱਜੇ ਆ ਟੂਰਨਾਮੈਂਟ ਦਾ ਹੌਸਲਾ ਵਧਾਇਆ ਇਹਨਾਂ ਵੀਰਾਂ ਨੇ ਮਾਨ ਸਮਾਨ ਵਧਾਇਆ ਆਪਾਂ ਤਹਿ ਦਿਲ ਦਰਵਾਜ਼ਾ ਕਰੀਏ ਜਿਉਂ ਆਪਾਂ ਮੋਸਟ ਵੈਲਕਮ ਇਹਨਾਂ ਦੋਨਾਂ ਹੀ ਵੀਰਾਂ ਨੂੰ ਗੁਰਜੀਤ ਸਿੰਘ ਫੌਜੀ ਜਗਸੀਰ ਸਿੰਘ ਸੀਆ ਇਹ ਚਾਰਾ ਜਗਸੀਰ ਸਿੰਘ ਸੀਆ ਦਾ ਚਾਰਾ ਮੋਦਰ ਬੈਠਿਆਂ ਨੂੰ ਬੇਨਤੀ ਹੈ ਕਿ ਇਹ ਸਟੇਜ ਦੇ ਅਗਲੇ ਪਾਸੇ ਆ ਜਾਣ ਇਹਨਾਂ ਨੂੰ ਅਸੀਂ ਕੁਛ ਆਦਮੀਆਂ ਨੂੰ ਇਨਾਮ ਤਕਸੀਮ ਕਰਾਉਂਦੇ ਹਾਂ ਮਿਹਰਬਾਨੀ ਕਰਕੇ ਸਟੇਜ ਦੇ ਅਗਲੇ ਜਿਹਨਾਂ ਦੇ ਚਾਰਾਂ ਦੇ ਨਾਮ ਅਨਾਊਂਸ ਕੀਤੇ ਆ ਜਗਸੀਰ ਸਿੰਘ ਸੀਆ ਸੀਨੀਅਰ ਲੀਡਰ ਜਗਿੰਦਰ ਸਿੰਘ ਪਿੰਡ ਵਾਲਾ ਗੁਰਜੀਤ ਸਿੰਘ ਫੌਜੀ ਜਗਸੀਰ ਸਿੰਘ ਸੀਆ ਜਿਹਨਾਂ ਦੇ ਨਾਮ ਬੋਲਦਾ ਉਹ ਮੇਰੇ ਜੀ ਜੇ ਕਦੇ ਇੱਥੇ ਆਵਾਜ਼ ਸੁਣਦੇ ਚਾਹੇ ਉਹਨਾਂ ਦੇ ਕਿਸੇ ਪਰਿਵਾਰ ਦਾ ਮੈਂਬਰ ਹੋਵੇ ਤੇ ਉਹ ਆ ਕੇ ਇਨਾਮ ਲੈ ਲੈਣ ਜੀਰ ਕੋਟਲਾ ਤੇ ਜਸਵੇਰ ਸਿੰਘ ਕਰਮਜੀਤ ਸਿੰਘ ਅੰਮਾ ਤਰਸੇਮ ਸਿੰਘ ਨਿਰਮਲ ਸਿੰਘ ਸਰਦਾਰ ਨਾਜਰ ਸਿੰਘ ਡਾਕਟਰ ਸੁਖਦੇਵ ਸਿੰਘ ਆਤਮਾ ਸਿੰਘ ਜੱਗਾ ਸਿੰਘ ਫੌਜੀ ਡਾਕਟਰ ਗੁਰਜੀਤ ਸਿੰਘ ਗੁਰਪਿਆਨ ਸਿੰਘ ਭਾਰੀਵਾਲ ਉਹਨਾਂ ਦੇ ਕੋਈ ਪਰਿਵਾਰ ਦਾ ਹੋਵੇ ਗੁਰਵਚਨ ਸਿੰਘ ਧਾਰੀਵਾਲ ਉਹਨਾਂ ਦੇ ਕੋਈ ਪਰਿਵਾਰ ਦਾ ਮੈਂਬਰ ਹੋਵੇ ਐਸ ਕੇ ਪਟੋਲ ਬਾਬਾ ਬੰਦਾ ਵੀ ਹੋਵੇ ਦਰਸ਼ਨ ਸਿੰਘ ਗਿਆਨੀ ਜੀ ਸਾਨੂੰ ਸਰ ਬਚਨ ਸਿੰਘ ਕਰਨੈਲ ਸਿੰਘ ਕੈਸ਼ੀਅਰ ਜੀ ਤੀਰ ਸਿੰਘ ਸਾਨੂੰ ਰਾਜਪਾਲ ਸਿੰਘ ਗੁਰਜੀਤ ਸਿੰਘ ਸਾਬਕਾ ਸਰਪੰਚ ਕੋਟ ਜਸ਼ਨਦੀਪ ਸਿੰਘ ਸਾਨੂੰ ਪਰਮੇਸ਼ਰ ਜੀ ਜਿਹਨਾਂ ਨੂੰ ਨਾਮ ਬੋਲਿਆ ਇਹ ਆਪ ਹੋਣ ਚਾਹੇ ਇਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਹੋਵੇ ਸਟੇਜ ਦੇ ਸਾਹਮਣੇ ਆ ਗਏ ਜਿਹਨਾਂ ਨੇ ਸਾਡੀ ਹੌਸਲਾ ਅਫਜਾਈ ਕੀਤੀ ਆਪਣਾ ਇਨਾਮ ਲੈ ਲਿਆ ਖੇਤਾਂ ਵਾਲੀ ਸਾਈਡ ਤਲਵੰਡੀ ਭਾਈ ਵਾਲੀ ਸਾਈਡ ਹੈ ਜਿਹੜਾ ਢਾਲੇ ਦਾ ਪਿੰਡ ਆ ਇੱਧਰ ਪਿੰਡ ਵਾਲੀ ਸਾਈਡ ਆ ਲਓ ਜੀ ਮੁਕਾਬਲਾ ਸ਼ੁਰੂ ਆ ਖੇਡ ਮੈਦਾਨ ਵਿੱਚ ਖਿਡਾਰੀ ਦੀ ਇੱਕ ਗੱਲ ਧਿਆਨ ਦੇਣ ਜਿਹੜੀ ਟੀਮ ਪੂਰੀ ਬੋਕਸ ਵਿੱਚ ਪੁੱਜੇਗੀ ਪਹਿਲੀ ਮੇਡ ਉਹ ਟੀਮ ਦੀ ਹੋਵੇਗੀ ਹੋਰ ਪਾਸੇ ਦੀ ਆਉਣ ਵਾਲੀ ਟੀਮ ਨੂੰ ਅਸੀਂ ਰੇਲ ਨੂੰ ਲਵਾਂਗੇ ਲਓ ਸਾਹਮਣੇ ਕੁਲਦੀਪ ਸਿੰਘ ਜੱਦੀ ਪਿੰਡ ਕਾਲੀਆ ਇੱਕ ਭਾਂਡਰਾ ਪਿੰਡ ਵਾਲਾ
ਮੈਦਾਨ ਵਿੱਚ ਲੱਖਾਂ ਦਾ ਪੁਆਇੰਟ ਆਪਣੀ ਟੀਮ ਦੇ ਖਾਤੇ ਨੂੰ ਜੋੜਦਾ ਹੋਇਆ ਲਓ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਚਾਂਦਨੀ ਨੌਜਵਾਨ ਦਾ ਪਾਰ ਕਬੱਡੀ ਖੇਡ ਮੈਦਾਨ ਵਿੱਚ ਲਓ ਸਾਹਮਣੇ ਢਾਲੇ ਵਾਲਾ ਪਿੰਡ ਸ੍ਰੀ ਨੌਜਵਾਨ ਦਾ ਇੱਕੋ ਮਿੰਟ ਹੈ ਹਲੇ ਇੱਕੋ ਮਿੰਟ ਜਿਨ੍ਹਾਂ ਦੇ ਮੈਂ ਨਾਮ ਬੋਲੀ ਜ਼ਮੀਨ ਬਣ ਕੇ ਸੁਣ ਰਹੇ ਹੋ ਉਹ ਜਲਦੀ ਸਟੇਜ ਲਿਓ ਆਪਣਾ ਨਾਮ ਦੇ ਰਹੇ ਹਾਂ ਜੀਤ ਸਿੰਘ ਕੋਟਲਾ ਕਰਮਜੀਤ ਸਿੰਘ ਜਸ਼ਨਦੀਪ ਸਿੰਘ ਬਹੁਤ ਬਹੁਤ ਧੰਨਵਾਦ ਜੀ ਦਰਬਾਨੀ ਸੱਜਣੋ ਬੜੇ ਮਾਣ ਸਨਮਾਨ ਕੀਤੇ ਜਾ ਰਹੇ ਸਟੇਜ ਤੇ ਅੱਗੇ ਬਾਬਾ ਹਰੀਵਾਰ ਸਿੰਘ ਦਾ ਪਰਿਵਾਰ ਅਵਤਾਰ ਸਿੰਘ ਸਾਨੂੰ ਹਾਕਮ ਸਿੰਘ ਅਵਤਾਰ ਸਿੰਘ ਤਾਲੀ ਪੰਚਾਇਤ ਮੈਂਬਰ ਗੁਪਤਦਾਰ ਕੇਵਲ ਸਿੰਘ ਸਾਨੂੰ ਗੁਰਜਾਬ ਸਿੰਘ ਲਖਵਿੰਦਰ ਸਿੰਘ ਲੱਖਾ ਸਾਨੂੰ ਪ੍ਰੀਤਮ ਸਿੰਘ ਰਵਿੰਦਰ ਸਿੰਘ ਬੰਟੀ ਕਾਸਲ ਲੋਰ ਸੁਰਗੀ ਸਿੰਘਦੇਵ ਸਿੰਘ ਸਾਨੂੰ ਕਾਕਾ ਮਹਿੰਦਰ ਸਿੰਘ ਸਾਨੂੰ ਬਲੌਰ ਮਨਜੀਤ ਸਿੰਘ ਸਾਨੂੰ ਮੁਕੰਦ ਸਿੰਘ ਗੁਰਪ੍ਰੀਤ ਸਿੰਘ ਸਾਨੂੰ ਚੰਦ ਸਿੰਘ ਕੁਲਦੀਪ ਸਿੰਘ ਸਾਨੂੰ ਜਸਵੰਤ ਸਿੰਘ ਕਰਨੈਲ ਸਿੰਘ ਸਾਨੂੰ ਬੂਟਾ ਸਿੰਘ ਹਰਿੰਦਰਪਾਲ ਸਿੰਘ ਸਾਨੂੰ ਤੇਜਾ ਸਿੰਘ ਇਹ ਜਿਹੜਾ ਨਾਮ ਬੋਲਿਆ ਆਪਦੇ ਹੋ ਚਾਹੇ ਦਰਬਾਰ ਦਾ ਨੰਬਰ ਵੀ ਹੋਵੇ ਲਾ ਕੇ ਆਪਣਾ ਨਾਮ ਲਿਖਿਆ ਕਹੀ ਬਾਰ ਵੀਰ ਨੂੰ ਬੇਨਤੀ ਕਹੀ ਪਾ ਦਿਓ ਲਓ ਸਰਦਾ ਸਿੰਘ ਵਾਲਾ ਪਿੰਡ ਗੁਰਸੇਵ ਸਿੰਘ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ 10-11 ਤੇ 12 ਤਰੀਕ ਹੋਵੇਗੀ ਸਰਦਾ ਸਿੰਘ ਵਾਲੇ ਦੀ ਕਬੱਡੀ ਕੰਪਨੀ ਲਓ ਮੁਕਾਬਲਾ ਸਾਡਾ ਚੱਕੀ ਦੇ ਪਰਿਵਾਰ ਦੀ ਛਾਤੀ ਜਿਗਰੇ ਡਾਕਟਰ ਨੇ ਜੋੜੀ ਜੋੜੀ ਕੇ ਹੰਦਾ ਨੂੰ ਤਾਂ ਚੱਕਰ ਦੇ ਬਾਡਰ ਨੇ ਪੁਆਇੰਟ ਸਟਾਪਰ ਦੇ ਖਾਤੇ ਜੋੜਦਾ ਹੋਇਆ ਗਿਰਜੀ ਵਾਲੀ ਟੀਮ ਦੇ ਹਿੱਸੇ ਜੋੜਦਾ ਹੋਇਆ ਲਓ ਸਾਹਮਣੇ ਜਿਹਨੇ ਤੀਸਰੇ
ਹੈਲੋ ਆਰਾਮ ਗੁਰਜੰਤ ਸਿੰਘ ਜੀ ਸਰਦਾਰ ਪ੍ਰਕਾਸ਼ ਸਿੰਘ ਰਾਜਾ ਸਰਦਾਰ ਗੁਰਜੰਤ ਸਿੰਘ ਜੀ ਸਮੇਂ ਦੀ ਆ ਕਬੱਡੀ ਸਮੇਂ ਦੀ ਮਤਾਜ ਆ ਚੱਲ ਵੀ ਨੌਜਵਾਨਾਂ।
ਖੇਡ ਮੈਦਾਨ ਵਿੱਚ ਪਤਾ ਪੰਗੇ ਪੈ ਤੇ ਲੱਗਦਾ ਕਿਹੜਾ ਰੇਡ ਬਰਾਬਰ ਕਰਦਾ ਦੇਸੀ ਘਾ ਵਿੱਚ ਕੁੱਟੀਆਂ ਚੋਰੀਆਂ ਦਾ ਕੀ ਨੇ ਪੀਤੀ ਤਿਆੜ ਕੀ ਨੇ ਦੁੱਧ ਚੁੰਗੀਆਂ ਬੁੜੀਆਂ ਦਾ ਉਧਰ ਕਹਿੰਦੇ ਰਪਿੰਦਰ ਜਲਾਲ ਦੀ ਧਰਤੀ ਦਾ ਅਮਨ ਲੋਕੋ ਦੀ ਧਰਤੀ ਦਾ ਪ੍ਰਸਿੱਧ ਬੁਲਾਰੇ ਆ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਖੇਡ ਮੈਦਾਨ ਦੇ ਹਜ਼ਾਰ ਰੁਪਇਆ ਤਾਂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਜਨ ਸਿੰਘ ਸਾਨੂੰ ਅਮਰਜੀਤ ਸਿੰਘ ਭਜਨ ਸਿੰਘ ਸਾਨੂੰ ਅਮਰਜੀਤ ਸਿੰਘ ਅਸੀਂ ਉਹਨਾਂ ਨੂੰ ਪਿਛਲੇ ਮੈਚ ਚੋਂ ਬਾਬਾ ਲਾਡੀ ਸ਼ਾਹ ਕਲਾਮ ਗੁਰੂਸਰ ਤੇ ਬੰਦਰਵਾਲ ਦੀਆਂ ਟੀਮਾਂ ਮੇਰੇ ਕੋਲ ਲੇਖਣੀ ਪੂੰਜੀ ਜੀ ਅਗਲੇ ਮੈਚਾਂ ਦੀ ਤੁਸੀਂ ਲੇਖ ਪੂੰਜੀ ਕਰ ਲਈ ਬੰਦੋਵਾਲ ਦੀ ਟੀਮ ਇੱਧਰ ਖੇਤਾਂ ਵਾਲੀ ਸਾਈਡ ਆ ਜੀ ਨੋਟ ਕੀਤਾ ਜਾਵੇ ਬਾਬਾ ਲਾਡੀ ਸ਼ਾਹ ਕਲੰਬ ਗੁਰੂ ਸਾਹਿਬ ਦੀ ਟੀਮ ਇੱਧਰ ਸਟੇਜ ਵਾਲੀ ਸਾਈਡ ਆ ਲਓ ਪਹਿਲੀ ਰੇਡ ਖੇਡ ਮੈਦਾਨ ਚ ਬਾਬਾ ਲਾਡੀ ਸ਼ਾਹ ਕਲੰਬ ਗੁਰੂ ਸਾਹਿਬ ਦਾ ਨੌਜਵਾਨ ਪਹਿਲੀ ਰੇਡ ਪਾਉਂਦਾ ਹੋਇਆ ਗੁਰਜੀਤ ਸਿੰਘ ਖੇਡ ਮੈਦਾਨ ਵਿੱਚ ਲਓ ਜਾਫੀ ਚਾਰ ਨੇ ਸੁਰਾਵਾਂ ਤੇ ਗਊਸ਼ਾਲਾ ਕੋਟ ਗੁਰ ਕਹਿੰਦਾ
ਸਪੋਰਟ ਟੀਮਾਂ ਗੁਰਸਿੰਘ ਗੁਜਰ ਚੈਲੰਜ ਮੈਚ ਵਿੱਚ ਨਾਲ ਬੜੀ ਪਿਆਰੀ ਆਵਾਜ਼ ਦਿੱਤੀ ਹੋਈ ਹੈ ਬਾਬਾ ਸੌਂਡ ਸਰਵਿਸ ਤਲਵੰਡੀ ਭਾਈ ਬਲਵੀਰ ਬਾਉਣੀ ਤੇ ਕਾਲੇ ਦਾ ਤਲਵਾਰ ਟੈਂਟ ਬਲਵੀਰ ਦਾ ਜੰਗਲੇ ਬਲਵੀਰ ਦਾ ਨਾਲ ਪੰਜਾਬ ਲਾਈਵ ਵਰਲਡ ਡਾਟਕਾਮ ਵਾਲੇ ਟ੍ਰੇਨਿੰਗ ਭਾਈ ਵਾਲੇ ਸਾਰੇ ਵੀਰਾਂ ਦਾ ਤਲਵਾਰ ਨਾਲ ਸਾਹਮਣੇ ਅਗਨੀ ਰੇਡ ਖੇਡ ਮੈਦਾਨ ਵਿੱਚ ਫਤੋਵਾਲ ਦੀ ਧਰਤੀ ਕੇਵਲ ਬਰੀਤ ਸਿੰਘ ਦਾ ਬਟਨ ਨਵਾਂ ਰਾਜਵਿੰਦਰ ਫਤੋਵਾਲ ਪਵਿੱਤਰ ਸਿੰਘ ਵਰ ਕੇ ਦੁਨੀਆਂ ਦੇ ਉੱਤੇ ਖੇਡ ਪ੍ਰਮੋਟਰ ਹੋਇਆ ਨਾਲ ਸਾਹਮਣੇ ਪੁਆਇੰਟ ਨੌਜਵਾਨ ਧਾਵੀ ਦੇ ਖਾਤੇ ਜੁੜਦਾ ਹੋਇਆ ਫਤੋਵਾਲ ਦੀ ਟੀਮ ਦੇ ਹਿੱਸ ਜੁੜਦਾ ਹੋਇਆ ਅਗਲੀ ਰੇਡ ਗੁਰਜੀਤ ਸਿੰਘ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਪਾਣੀ ਪੁੱਛਾ ਕਰਨ ਦੀ ਖੇਡ ਮੈਦਾਨ ਵਿੱਚ ਵਧਾਈ ਤੈਨੂੰ ਬੜੀ ਖੁਸ਼ਖਬਰੀ ਆ ਜੀ, ਹਰਜਿੰਦਰ ਸਿੰਘ ਕਨੇਡਾ ਵੀ ਆਪਣੇ ਇੱਥੇ ਟੂਰਨਾਮੈਂਟ ਨਾਲ ਜੁੜ ਚੁੱਕੇ ਆ। ਹਰਜਿੰਦਰ ਸਿੰਘ ਕਨੇਡਾ ਉਹ ਆਪਣੇ ਅੱਜ ਦੇ ਟੂਰਨਾਮੈਂਟ ਦੇ ਨਾਲ ਜੁੜ ਚੁੱਕੇ ਆ। ਉਹ ਆਪਣੇ ਘਰ ਬੈਠੇ ਕਨੇਡਾ ਦੇ ਵਿੱਚ ਆਪਣਾ ਮੈਚ ਜੇ ਰਹੇ ਹਰਜਿੰਦਰ ਸਿੰਘ ਕਨੇਡੀਅਨ। ਸਾਡੇ ਬਹੁਤ ਹੀ ਸਤਿਕਾਰ ਜਿੰਦਗੀ ਦੇ ਪਾਇਲਟ ਆ। ਇੱਕ ਜਿਹੜਾ ਆਪਣਾ ਨੀਲਾ ਨੰਬਰ 25 ਜਾਂ ਬਹੁਤ ਕਬੱਡੀ ਖੇਡਦਾ ਸੀ, ਪਿੱਛੇ ਜਿਹੇ ਫਿਰ ਵਾਪਸ ਚਲੇ ਗਏ ਆ, ਉਹ ਵੀ ਟੂਰਨਾਮੈਂਟ ਨਾਲ ਜੁੜ ਚੁੱਕੇ ਆ। ਪਾਣੀ ਪੂਜਾ ਕਰਦੀ ਖੇਡ ਮੈਦਾਨ ਵਿੱਚ ਖਿਡਾਰੀ ਜੀ ਦੇ ਵਾਸਤੇ
ਨਾਲ ਰੈਫਰੀ ਤੇ ਚਾਹ ਤੇ ਪਾਣੀ ਪੂਜਾ ਕਰੋ ਜੀ। ਗਰਾਊਂਡ ਦੇ ਵਿੱਚ ਭਾਈ ਪਾਣੀ ਤੇ ਚਾਹ ਪਹੁੰਚਾਓ ਰੈਫਰੀ ਸਾਹਿਬਾਨਾਂ ਦੇ ਧੁੱਪੇ ਕੰਮ ਕਰੀ ਜਾਂਦੇ ਯਾਰ, ਪਾਣੀ ਪਹੁੰਚਾ ਦਿਓ ਸਾਢੇ ਬਾਰਾਂ ਨੂੰ ਲਾਈਆਂ ਲੜਨ ਤਿਆਰੀਆਂ। ਓਪਨ ਦੀ ਜਗ੍ਹਾ ਕੋਈ ਟੀਮ ਪਹੁੰਚੀ ਹੈ, ਇੰਟਰੀ ਸਟੇਜ ਦੀ ਜਗ੍ਹਾ ਇੰਟਰ ਹੋ ਜਾਵੇ, ਸਾਢੇ ਬਾਰਾਂ ਟਾਈਆਂ ਵਾਲੀਆਂ ਜਾ ਰਹੀਆਂ। ਸਰਾਵਾਂ ਦੇ ਗੋਲਸ਼ਾਲਾ ਕਲੱਬ ਕੋਟਕੋਟ ਦੇ ਮੈਚ ਤੋਂ ਬਾਅਦ 54 ਕਿਲੋ ਦਾ ਸੈਮੀ ਫਾਈਨਲ ਮੈਚ ਹੋਊਗਾ ਦੂਜਾ। ਲੋਕੋ ਦੇ ਇਲਾਵਾ ਇਹ ਟੀਮਾਂ ਬਰਾੜ ਦੇ ਕੋਲ ਆਏ ਸਰਾਵਾਂ ਦੇ ਕੋਟਕੋਟ ਤੋਂ ਬਾਅਦ
ਚਰਨਜਾ ਕਰੋ ਸੈਣੀ ਬਾਈ ਨੂੰ ਮੈਂ ਜਿਹੜਾ ਰੌਲਾ ਸੀ ਉਹ ਮੈਂ ਲਊਗਾ ਹਲੋ ਤੇ ਉਸ ਤੋਂ ਬਾਅਦ ਨਾਲ ਹੀ ਉਹਨਾਂ ਫਾਈਨਲ ਕਰ ਦਿਓ ਠੀਕ ਹੈ ਜੀ ਚਰਨਜਾ ਕਰੋ ਦੀ ਲਾਈਟ ਪੂਰੀ ਕਰੋ ਟੀਮ ਅਨਾਊਂਸ ਕੀਤੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਦਰਸ਼ਨ ਜੀ ਏ ਐਸ ਸੀ ਸਾਹਿਬ ਮੈਂ ਤਾਂ ਕਹਿੰਦਾ ਜੀ ਖਿਡਾਰੀ ਦੀ ਲੋੜ ਕਰਦਾ ਰੈਫਰੀ ਦਾ ਫੈਸਲਾ ਟੱਲ ਹੋਵੇਗਾ ਕਿਸੇ ਨੇ ਵੀ ਰੈਫਰੀ ਨਾਲ ਕੈਚੋ ਬੰਦ ਨਹੀਂ ਕਰਨੀ ਜੋ ਪ੍ਰਬੰਧਕ ਕਮੇਟੀ ਰੈਫਰੀ ਲਾਏ ਆ ਬਹੁਤ ਹੀ ਮਹਾਨ ਰੈਫਰੀ ਆ ਕਿਸੇ ਵੀਰ ਨੇ ਕੈਚੋ ਬੰਦ ਨਹੀਂ ਕਰਨੀ ਆਪਣੇ ਸਮੇਂ ਚ ਮਹਾਨ ਖਿਡਾਰੀ ਆ ਜੀ ਇਹ ਗੱਲ ਨੋਟ ਕਰੋ ਅਸੀਂ ਪੁਆਇੰਟ ਕੱਟਾਂਗੇ ਜਾਂ ਸਾਰੀ ਟੀਮ ਸਕ੍ਰੈਚ ਕਰਾਂਗੇ ਵੱਡੇ ਮਾਣ ਵਾਲੀ ਗੱਲ ਆ ਸਮੁੱਚੀ ਪ੍ਰਬੰਧਕ ਕਮੇਟੀ ਸਾਡੇ ਵੀਰ ਸਾਨੂੰ ਦੱਸ ਰਿਹਾ ਬਲਕਿ ਲੀਡਰ ਉੱਪਰ ਦੇ ਬਲਕਿ ਜਾਫੀ ਨੂੰ ਕੱਪ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਸਾਨ ਸਰਦਾਰ ਸਾਵਣ ਸਿੰਘ ਦੀ ਯਾਦ ਵਿੱਚ ਸਵਰਗਵਾਸੀ ਸਰਦਾਰ ਸਾਵਣ ਸਿੰਘ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਡਾਕਟਰ ਜਸਵੰਤ ਸਿੰਘ ਜੀ ਸੰਤ ਸਰਦਾਰ ਬਖਤਾਵ ਸਿੰਘ ਜੀ ਸਾਬਕਾ ਮੈਂਬਰ ਉਹਨਾਂ ਵੱਲੋਂ ਕਮਾਨੀ ਉੱਪਰ ਦੇ ਬੈਸਟ ਰੇਟਰ ਤੇ ਜਾਫੀ ਨੂੰ ਕੱਪਾ ਨਾਲ ਸਨਮਾਨਿਤ ਕੀਤਾ ਸੰਤ ਸਰਦਾਰ ਬਖਤਾਵ ਸਿੰਘ ਜੀ ਸਾਬਕਾ ਮੈਂਬਰ ਉਹਨਾਂ ਵੱਲੋਂ ਕੱਪਾ ਦੇ ਨਾਲ ਵੱਡਾ ਮਾਣ ਸਨਮਾਨਿਤ ਜਾਵੇਗਾ ਬਹੁਤ ਬਹੁਤ ਧੰਨਵਾਦ ਪਰਿਵਾਰ ਤੁਹਾਡੇ ਨਾਲ ਚੌਕੜੀ ਤਰੱਕੀ ਬਾਸ਼ੀ ਜਿਹੜੇ ਖਿਡਾਰੀ ਜਿਹੜੇ ਨੂੰ ਐਡਾ ਵੱਡਾ ਮਾਣ ਸਨਮਾਨ ਦਿੰਦੇ ਹੋ ਹਾਂਜੀ ਇਸ ਤੋਂ ਬਾਅਦ ਗੁਰੂ ਸਰ ਸਰਾਵਾਂ ਦੇ ਕੋਲ ਤੋਂ ਸਰਾਵਾਂ ਦੇ ਕੋਲ ਤੋਂ ਇਸ ਤੋਂ ਬਾਅਦ ਚੱਲ ਜਾ ਕੇ ਲੋਕ ਰੌਲਾ ਵਰਸ ਦੇ ਲੋਕੋ ਦੋਨੇ ਟੀਮਾਂ ਤਿਆਰ ਹੋ ਗਿਆ ਰੌਲਾ ਵਰਸ ਦੇ ਲੋਕੋ ਇਹਨਾਂ ਤੋਂ ਕਈ ਟੀਮ ਜੇਤੂ ਵਾਲੀ ਚਾਰ ਦਿਨ ਮੈਚ ਵਿੱਚ ਫਤਿਹਵਾਲ ਦੀ ਟੀਮ ਦੇ ਪੁਆਇੰਟ ਨੇ 14.5 ਪੁਆਇੰਟ ਗੁਰੂ ਸਾਹਿਬ ਦੇ ਪੁਆਇੰਟ ਦੇ ਪੂਰੇ 10 ਜੀ ਫਤਿਹਵਾਲ ਜੇਤੂ ਵੀਰ ਨੋਟ ਕੀਤੇ ਜਾਂਦੇ ਉੱਧਰ ਸਟੇਜ ਦੀ ਵੱਡੀ ਜ਼ਿੰਮੇਵਾਰੀ ਆ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਦਰਸ਼ਨ ਸਿੰਘ ਜੀ ਕੱਲ੍ਹ ਤੋਂ ਲੈ ਕੇ ਸੇਵਾ ਕਰ ਰਹੇ ਮਾਰਕੀਟ ਕਮਾਨੀ ਜੀ ਆਪਾਂ ਸਨਮਾਨ ਕਰਾਂਗੇ ਇਹਨਾਂ ਦਾ ਵੀ ਸਟੇਜ ਤੇ ਬੈਠੀਆਂ ਮਾਨ ਯੋਗ ਸਨਮਾਨ ਯੋਗ ਜਿਹਨੇ ਵੀ 5 ਸਰਪੰਚ ਬੈਠੇ ਆ ਦੂਰ ਨੇੜੇ ਪੁੱਜੇ ਆ ਸਮੁੱਚੀ ਪ੍ਰਬੰਧਕ ਕਮੇਟੀ ਤਰਫੋਂ ਜੀਓ ਆਖਿਆ ਜਾਂਦਾ ਵੱਡੇ ਮਾਰ ਭਰ ਜਾਂਦੇ ਆ ਇਹ ਕੱਲ੍ਹ ਮਾ ਸਥਿਰ ਮਤ ਰਾਜੂ ਮੈਂ ਬੇਟੀ ਨੂੰ ਸਟੇਜ ਤੇ ਲੈ ਲਿਆ ਚਲੇ ਨਾ ਇਹ ਪੱਤਰ ਕਿਲੋ ਦੇ ਟਾਈਆਂ ਕਰ ਦੋ ਇਹਨਾਂ ਦੇ ਕਿਹੜੇ ਜੇਤੂ ਹੋਊਗੀ ਉਹਦਾ ਜੇਤੂ ਪਾ ਕੇ ਟਾਈਆਂ ਕਰ ਦੋ ਕੱਢ ਕੇ ਲਿਸਟ ਪਾ ਕੇ ਭੇਜ ਦਿਓ ਸਾਨੂੰ ਹਾਂਜੀ ਕਿਹੜੇ ਪਾਸੇ ਕਿਹੜੀ ਟੀਮ ਆ ਜੀ ਦੱਸਿਆ ਜਾਏ ਮਹਾਰਾਜ ਸੁਰਾਵਾ ਪਿੰਡ ਜੀ ਇੱਧਰ ਪਿੰਡ ਵਾਲੀ ਸਾਈਡ ਆ ਸਟੇਜ ਵਾਲੀ ਸਾਈਡ ਗੁਰੂ ਸਾਹਿਬ ਦਾ ਕੋਰ ਕੋਰ ਦੀ ਕਲਾ ਦੀ ਟੀਮ ਆ ਇੱਧਰ ਖੇਤਾਂ ਦੀ ਸਾਈਡ ਆ ਸੁਰਾਵਾ ਪਿੰਡ ਇੱਧਰ ਪਿੰਡ ਵਾਲੀ ਸਾਈਡ ਗੁਰੂ ਸਾਹਿਬ ਦਾ ਕੋਰ ਕੋਰ ਕਲਾ ਦੀ ਟੀਮ ਆ ਇੱਧਰ ਤਲਵੰਡੀ ਭਾਈ ਵਾਲੀ ਸਾਈਡ ਆ ਪਹਿਲੀ ਕੌਡੀ ਲਓ ਸਾਹਮਣੇ ਸੁਰਾਵਾ ਪਿੰਡ ਦਾ ਅਮਣਾ ਨਾਦਣ ਪਾਉਂਦਾ ਹੋਇਆ ਖੇਡ ਮੈਦਾਨ ਵਿੱਚ ਮਾਲੀ ਜਦੋਂ ਛਲਾਂਗ ਲਾ ਕੇ ਜ਼ੋਰ ਪੱਟਾਂ ਨਾਲ ਅੱਖ ਦੇ ਝਮਕੇ ਨਾਲ ਕਮਾਲ ਜਿਹਾ ਹੋ ਗਿਆ
ਖੈਰ ਜਿੰਦੂ ਆਖੇ ਤਾਂ ਵੀ ਪੜ ਲੈਗੇ ਆ ਗਿਆ ਰੈਫਰੀ ਨਾਲ ਕਿੰਤੂ ਪ੍ਰਾਂਤ ਨਹੀਂ ਕਰਨੀ ਰੈਫਰੀ ਰੱਬ ਦਾ ਰੂਪ ਹੁੰਦਾ ਜੇ ਗਲਤੀ ਕਰਦਾ ਖਿਡਾਰੀ ਗੋਲ ਨੂੰ ਭੁੱਲ ਦਿੰਦਾ ਨਾਲ ਸਾਹਮਣੇ ਅਗਲਾ ਮੈਚ ਦੋਵਾਂ ਹੀ ਟੀਮਾਂ ਦਾ ਨਾਲ ਚੁਰੰਜਾ ਕਰੋ ਦਾ ਸੈਮੀਫਾਈਨਲ ਮੈਚ ਉਹਨੂੰ ਟੀਮਾਂ ਰਹਿ ਜੀ ਨਾਲ ਸੀ ਵੀ ਦਾਤੇ ਖੇਡਦਾ ਦੁਨੀਆਂ ਦਾ ਮਹਾਨ ਖਿਡਾਰੀ ਰੈਫਰੀ ਉਹ ਵੀ ਗੁੱਸਾ ਹੋਇਆ ਖੇਡ ਮੈਦਾਨ ਵਿੱਚ ਮੁਕਾਬਲਾ ਸਾਡਾ ਲਾਲ ਨਾਲ ਤੌਰ ਤੇ ਹੱਥ ਰੱਖਦਾ ਗਿੱਟਾ ਫੜ ਕੇ ਕੈਂਚੀ ਚੜ ਕੇ ਪੁੱਠੀ ਪਾਣੀ ਪੈਂਦੀ ਆ ਦੁਨੀਆਂ ਐਵੇਂ ਨਹੀਂ ਮਰਦੀ ਖੇਡ ਦਿਖਾਉਣੀ ਪੈਂਦੀ ਆ ਦੁਨੀਆਂ ਐਵੇਂ ਨਹੀਂ ਮਰਦੀ ਖੇਡ ਦਿਖਾਉਣੀ ਪੈਂਦੀ ਆ ਮੈਂ ਕੋਈ ਪੁੱਛੇ ਹਰਜਿੰਦਰ ਸਾਹਿਬ ਦੇ ਕੁਲਦੀਪ ਸਿੰਘ ਕਰੇਟੀਅਰ ਪਰਿਵਾਰ ਵੱਲੋਂ ਉਹ ਕਹਿੰਦੇ ਨੇ ਜਿਹੜੀ ਵੀ ਟੀਮ ਕੋਲ ਕੋਲ ਦੀ ਕਿਸੇ ਵੀ ਚਾਹੇ ਉਹ ਪਾਨ ਚਾਹੇ ਪੱਤਰ ਕਿਲੋ ਚਾਹੇ ਚੁਰੰਜਾ ਕਿਲੋ ਦੇ ਫਸਟ ਆਉਂਦੀ ਆ ਤਾਂ ਉਹ ਪਰਿਵਾਰ 500 ਰੁਪਇਆ ਇਨਾਮ ਦਊਗਾ ਜਿਹੜੀ ਵੀ ਟੀਮ ਫਸਟ ਆਊਗਾ ਜਿੰਨੇ ਜੱਫੇ ਲਾਉਣਗੇ ਕੋਰ ਕੋਰ ਪਿੰਡ ਵਾਲੇ 100-100 ਰੁਪਏ ਦਾ ਨਹੀਂ ਮਰੇਗਾ ਨਾਲ ਸਾਹਮਣੇ ਚਾਰ ਜਾਫੀ ਆ ਅਮਨ ਸਰਾਵਾਂ ਦੀ ਧਰਤੀ ਦਾ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਸੁਖਵੀਰ ਸਰਾਵਾਂ ਵਾਲੇ ਨੇ ਕਹਿੰਦੇ ਵੀ ਦੋ ਕੱਪਾਂ ਦੀ ਕਪਤਾਨੀ ਕੀਤੀ ਆ ਤੀਸਰਾ ਪੰਜ ਵਰਲਡ ਕਬੱਡੀ ਕੱਪ ਦੇ ਦੂਸਰਾ ਪੰਜ ਵਰਲਡ ਕਬੱਡੀ ਕੱਪ ਦੀ ਕਪਤਾਨੀ ਦਾ ਵਟਰ ਮਾਰ ਆ ਇਧਰ ਨਰਵਣ ਅਗਲੀ ਰੇਡ ਖੇਡ ਮੈਦਾਨ ਵਿੱਚ ਵਰਲੀ ਨਰਵਣ ਪਾਉਣਾ ਹੋਇਆ ਕਿ ਸਵਾਮੀ ਵਰਲੀ ਦੀਆਂ ਗੱਲਾਂ ਹੋਈਆਂ ਪਾਲਾ ਕਹਿੰਦੇ ਨਰਵਣ ਪਾਲਾ ਸਿਆ ਲਓ ਵਰਲੀ ਨਰਵਣ ਦੀ ਤਿਆਰੀ ਦੇਖੋ ਬਹੁਤ ਬੜੀਆ ਪਾਲਾ ਵੀ